ਵੀਜ਼ਾ ਸਾਈਪ੍ਰਸ ਦਾ ਦੁਬਈ ਤੋਂ ਲਿਆ ਨਹੀਂ ਨਹੀਂ ਇੰਡੀਆ ਹੋ ਕੇ ਫਿਰ ਇੱਥੇ ਆਇਆ ਸੀਗਾ ਸਾਈਪ੍ਰਸ ਅੱਛਾ ਅੱਛਾ ਨਹੀਂ ਜਿਹੜਾ ਸਾਈਪ੍ਰਸ ਦਾ ਵੀਜ਼ਾ ਉਹ ਇੰਡੀਆ ਤੋਂ ਲਿਆ ਕਿ ਦੁਬਈ ਤੋਂ ਇੰਡੀਆ ਤੋਂ ਲਿਆ ਸੀ ਸਰ ਅੱਛਾ ਅੱਛਾ ਕਿੰਨੇ ਕਿੰਨੇ ਚਿਰ ਦਾ ਵੀਜ਼ਾ ਲਿਆ ਸੀ ਉਹ ਮਤਲਬ ਕਿ 6 ਮਹੀਨੇ ਦਾ 1 ਸਾਲ ਦਾ ਕਿੰਨੇ ਦਾ ਸਰ ਇਹ ਵੀਜ਼ਾ ਨਾ ਸਾਈਪ੍ਰਸ ਦਾ ਜੀ ਜੀ ਸਰ ਇਹ ਵੀਜ਼ਾ 10 ਸਾਲ ਦਾ ਹੁੰਦਾ ਬਟ ਸਾਲ ਮਗਰੋਂ ਸਾਲ ਇਹ ਕਰਵਾਉਣਾ ਪੈਂਦਾ ਹੈ ਨਿਊ ਜੀ ਇਹ ਵਰਕ ਵੀਜ਼ਾ ਸੀ ਵਰਕ ਵੀਜ਼ਾ ਮਤਲਬ ਕਿ ਕਿਥੇ ਕੋਈ ਕੰਮ ਕਰਨਾ ਸੀ ਤੁਸੀਂ ਕਿਸੇ ਕੋਈ ਕੰਪਨੀ ਨੇ ਤੁਹਾਨੂੰ ਜੌਬ ਦਿੱਤੀ ਮੈਂ ਸਰ ਲੌਂਡਰੀ 'ਚ ਕੰਮ ਕਰਦਾ ਸੀਗਾ ਐਪੀ ਥਾਨੂੰ ਲੌਂਡਰੀ ਸੀਗੀ ਸਰ ਅੱਛਾ ਅੱਛਾ ਜੀ ਸੋ ਤੁਹਾਨੂੰ ਨੌਕਰੀ ਦੀ ਚਿੱਠੀ ਆਈ ਤੇ ਉਹ ਲੈ ਕੇ ਤੁਸੀਂ ਮੇਰੇ ਖਿਆਲ ਕੁਛ ਵਰਕ ਵੀਜ਼ਾ ਅਪਲਾਈ ਕੀਤਾ ਇਸੇ ਤਰੀਕੇ ਨਾਲ ਨਹੀਂ ਸਰ ਮੈਂ ਜਿੱਦਾਂ ਦੁਬਈ ਤੋਂ ਇੰਡੀਆ ਗਿਆ ਉੱਥੇ ਮੈਂ ਯਾਨੀ ਕਿ ਪਹਿਲਾਂ ਪੀ ਸੀ ਸੀ ਕਰਵਾਈ ਪੀ ਸੀ ਸੀ ਦੇਣ ਤੋਂ ਬਾਅਦ ਫਿਰ ਮੈਡੀਕਲ ਕਰਵਾਇਆ ਫਿਰ ਇੱਥੋਂ ਦੇ ਬੰਦੇ ਨੇ ਮੈਨੂੰ ਵੀਜ਼ਾ ਦਿੱਤਾ ਉੱਥੇ ਇੰਡੀਆ ਤੁਹਾਡਾ ਵੀਜ਼ਾ ਮਤਲਬ ਕਿ ਕੰਮ ਨਾਲ ਸੰਬੰਧਿਤ ਸੀ ਨਾ ਕਿ ਵੀ ਆਹ ਕੰਮ ਕਰੋਗੇ ਤਾਂ ਤੁਹਾਨੂੰ ਆਈ ਆਈ ਮੈਂ ਗੱਲ ਕਰਾਂ ਤਨਖਾਹ ਕਿੰਨੀ ਸੀ ਤੁਹਾਡੀ ਜੀ ਸਰ ਮੇਰੀ ਸੈਲਰੀ 800 ਰੁਪਇਆ ਸੀ ਬਾਕੀ ਸੀਜ਼ਨ ਦੇ ਹਿਸਾਬ ਨਾਲ ਕੰਮ ਸੈਲਰੀ ਮਿਲਦੀ ਸੀ ਡਾਲਰ ਦੱਸੋ ਡਾਲਰ 'ਚ ਕਿੰਨੀ ਤਨਖਾਹ 800 ਯੂਰੋ ਸੀਗੀ ਸਰ 800 ਯੂਰੋ ਪਰ ਮੰਥ ਅੱਛਾ ਤੇ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਹੋਏ ਸਰ ਮੈਨੂੰ ਹੁਣ ਤਾਂ ਮੈਂ ਅਸਾਈਲਮ ਲੈ ਲਈ ਹੈ ਆਪਣੇ ਓਕੇ ਹਾਂਜੀ ਨਹੀਂ ਅਸਾਈਲਮ ਤੋਂ ਚਲੋ ਆਪਾਂ ਠਹਿਰ ਕੇ ਕਰਾਂਗੇ ਪਰ ਉਸ ਵੀਜ਼ੇ ਤੇ ਤੁਸੀਂ ਕਿੰਨੇ ਚਿਰ ਕੰਮ ਕਰ ਲਿਆ ਸਰ ਮੈਂ ਇੱਥੇ ਮੇਬੀ 9 ਮੰਥ ਕੀਤਾ ਕੰਮ 9 ਮਹੀਨੇ ਤੇ ਫਿਰ ਅਸਾਈਲਮ ਲੈ ਲਈ ਫਿਰ ਸਰ ਉੱਥੇ ਮਤਲਬ ਯਾਨੀ ਕਿ ਡਿਊਟੀ ਟਾਈਮ ਨਹੀਂ ਸੀਗਾ ਸਹੀ ਸਰ ਨਹੀਂ ਡਿਊਟੀ ਟਾਈਮ ਨਹੀਂ ਸੀਗਾ ਮਤਲਬ ਉਹ ਕੋਈ ਕਾਰਨ ਥੋੜੀ ਹੋ ਸਕਦਾ ਅਸਾਈਲਮ ਕੁਝ ਹੋਰ ਚੀਜ਼ ਹੈ ਸਰ ਮੈਂ ਯਾਨੀ ਕਿ ਡਰਾਈਵਿੰਗ ਦੇ ਵਿੱਚ ਆਇਆ ਸੀਗਾ ਮੇਰੇ ਨਾਲ ਏਜੰਟ ਨੇ ਕਿਹਾ ਸੀਗਾ ਤੈਨੂੰ ਡਰਾਈਵਿੰਗ ਇੱਥੇ ਦੇਵਾਂਗੇ ਬਟ ਮੈਂ ਮਾਲਕ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਤੂੰ 3 ਮਹੀਨੇ ਕੰਮ ਕਰ ਆਪਾਂ ਤੈਨੂੰ ਬਾਅਦ 'ਚ ਗੱਡੀ ਦੇ ਦਿੰਦੇ ਹਾਂ ਮੇਰੇ ਕੋਲ ਲਾਇਸੈਂਸ ਹੈ ਸਰ ਦੁਬਈ ਦਾ ਹੈਵੀ ਵੀ ਤੇ ਲਾਈਟ ਵੀ ਜੀ ਜੀ ਉਹ ਸਾਰਾ ਤਾਂ ਮੈਂ ਸਮਝ ਗਿਆ ਤੁਹਾਡੇ ਕੋਲ ਲਾਇਸੈਂਸ ਹੈ ਸਾਰਾ ਪਰ ਤੁਸੀਂ ਲਾਂਡਰੀ ਦਾ ਕੰਮ ਕਰਨ ਆਏ ਹੋ ਤੇ ਜੇ ਤੁਹਾਨੂੰ ਅਗਰ ਆਪਣੇ ਮੁਤਾਬਿਕ ਤੁਹਾਨੂੰ ਨੌਕਰੀ ਜਾਂ ਕੰਮ ਨਹੀਂ ਮਿਲਿਆ ਤੇ ਅਸਾਈਲਮ ਲੈ ਕੇ ਕੀ ਪੁਆਇੰਟ ਹੈ ਅਸਾਈਲਮ ਦਾ ਪਰਪਸ ਕੁਛ ਹੋਰ ਚੀਜ਼ ਹੈ ਅਸਾਈਲਮ ਦੀ ਐਪਲੀਕੇਸ਼ਨ ਕੁਛ ਹੋਰ ਚੀਜ਼ ਹੈ ਅਸਾਈਲਮ ਕਿਉਂ ਕਰ ਲਿਆ ਮੈਨੂੰ ਇਹ ਥੋੜ੍ਹਾ ਕਲੀਅਰ ਨਹੀਂ ਹੋਇਆ ਅਸਾਈਲਮ ਇਸ ਕਰਕੇ ਲਈ ਸੀਗੀ ਮਤਲਬ ਜਿੱਦਾਂ ਹੁਣ ਉੱਥੋਂ ਸਾਨੂੰ ਰਿਲੀਜ਼ ਮਿਲਦੀ ਹੈ ਰਿਲੀਜ਼ ਦੇ ਵਿੱਚ ਸਾਨੂੰ 30 ਦਿਨ ਦਾ ਟਾਈਮ ਹੁੰਦਾ ਆਪਾਂ ਨਵਾਂ ਮਾਲਕ ਲੱਭਣਾ ਹੁੰਦਾ ਯਾਨੀ ਕਿ ਕੋਈ ਵੀ ਹੈ ਉਹਦੇ ਵਿੱਚ ਮੈਨੂੰ ਕੋਈ ਮਿਲਿਆ ਨਹੀਂ ਉਸ ਤੋਂ ਬਾਅਦ ਫਿਰ ਲਾਸਟ ਆਪਸ਼ਨ ਆਹੀ ਸੀਗੀ ਮੇਰੇ ਕੋਲ ਅੱਛਾ ਪਰ ਅਸਾਈਲਮ ਦਾ ਪਰਪਸ ਤੇ ਹੁੰਦਾ ਕਿ ਤੁਹਾਨੂੰ ਤੁਹਾਡੀ ਜਾਨ ਨੂੰ ਖਤਰਾ ਹੈ ਜਾਂ ਤੁਹਾਡੇ ਕੰਟਰੀ ਵਾਪਸ ਨਹੀਂ ਕਰ ਸਕਦੇ ਇਹੀ ਹੈ ਹਾਂਜੀ 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 ਉਹ ਤੇ ਕੋਈ ਗੱਲਬਾਤ ਇਸ ਤਰ੍ਹਾਂ ਹੈ ਨਹੀਂ ਨਾ ਦੁਬਈ ਪ੍ਰੋਬਲਮ ਹੈ ਨਾ ਤੁਹਾਨੂੰ ਇੰਡੀਆ ਪ੍ਰੋਬਲਮ ਤੇ ਅਸਾਈਲਮ ਦਾ ਕਿਵੇਂ ਬੇਸ ਬਣ ਗਿਆ ਫਿਰ ਸਰ ਇੱਥੇ ਸਟੇ ਕਰਨੀ ਸੀਗੀ ਨਾ ਕੋਈ ਵੇ ਨਹੀਂ ਸੀਗਾ ਕੋਈ ਹੋਰ ਯਾਨੀ ਕਿ ਆਈ ਡੋ ਅੰਡਰਸਟੈਂਡ ਕਿ ਵੇ ਕਰਨੀ ਸੀ ਪਰ ਉਹ ਜਿਹੜਾ ਤੁਸੀਂ ਰੀਜ਼ਨ ਯਾਰ ਲਿਖਿਆ ਕਲੇਮ ਉਹ ਕਲੇਮ ਤੇ ਝੂਠਾ ਲਿਖਿਆ ਹੋਣਾ ਨਾ ਮੇਰੇ ਕੋਲ ਕੋਈ ਕਹਾਣੀ ਬਣਾਈ ਹੋਣੀ ਸ਼ਾਇਦ ਹਾਂਜੀ ਉਹ ਤਾਂ ਫਿਰ ਝੂਠਾ ਹੀ ਲਿਖਿਆ ਸਰ ਕੀ ਕਹਾਣੀ ਪਾਈ ਸੀ ਉਸ ਵਿੱਚ ਸਰ ਉੱਥੇ ਉਹਨਾਂ ਨੇ ਪੁੱਛਿਆ ਸੀਗਾ ਯਾਨੀ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਉਹਨਾਂ ਵਿੱਚ ਦੱਸਿਆ ਸੀਗਾ ਕਿ ਯਾਨੀ ਕਿ ਉੱਥੇ ਜ਼ਮੀਨ ਦਾ ਚੱਕਰ ਹੈ ਤੁਹਾਡੀ ਫੋਟੋ ਕੱਟ ਰਹੀ ਹੈ ਬਾਰ-ਬਾਰ ਕੱਟ ਰਿਹਾ ਸਰ ਫੋਨ ਆ ਰਿਹਾ ਸੀ ਸਰ ਸੌਰੀ ਫੋਨ ਕਰ ਦਿਓ ਨੂੰ ਅੱਛਾ ਫਿਰ ਕਿ ਤੋਂ ਏਜੰਟਾਂ ਨੇ ਲਿਖ ਲਿਆ ਕਿ ਵੀ ਜ਼ਮੀਨ ਦਾ ਚੱਕਰ ਪਾ ਦਿਓ ਤੁਸੀਂ ਕੋਈ ਨਾ ਕੋਈ ਪੁਲਿਸ ਕੇਸ ਦਿਖਾ ਦਿਓ ਹਾਂਜੀ ਹਾਂਜੀ ਜੋ ਵੀ ਕਰਦੇ ਨੇ ਜਿੱਦਾਂ ਮਤਲਬ ਇੱਥੇ ਏਜੰਟ ਆ ਉਹਨਾਂ ਨੇ ਜੋ ਵੀ ਕਰਨਾ ਹੁੰਦਾ ਉਹਨਾਂ ਨੇ ਯਾਨੀ ਕਿ ਅਸਾਈਲਮ ਲਵਾਉਣੀ ਹੁੰਦੀ ਹੈ ਚਲੋ ਮੈਂ ਉਹ ਵੀ ਮੈਂ ਸਮਝ ਗਿਆ ਉਹ ਸਾਰਾ ਇਹ ਸਾਰੇ 2 ਨੰਬਰ ਦੇ ਐਪਲੀਕੇਸ਼ਨਾਂ ਨੇ ਉੱਥੇ ਕੁਝ ਨਿਕਲਣਾ ਆਇਆ ਨਹੀਂ ਹੈ ਸਰ ਇਹ ਤਾਂ ਸਰ ਬਾਅਦ ਦੇ ਵਿੱਚ ਜਦੋਂ ਆਪਾਂ ਰਹਿੰਦੇ ਫਿਰ ਹੀ ਸਾਨੂੰ ਅਸਲੀਅਤ ਪਤਾ ਲੱਗਦੀ ਹੈ ਜੀ ਮੈਂ ਤੁਹਾਨੂੰ ਕੀ ਕਰਾਂ ਬ੍ਰਦਰ ਤੁਸੀਂ ਪਹਿਲਾਂ ਹੀ ਕਿਸੇ ਤੋਂ ਸਲਾਹ ਲੈ ਲੈਂਦੇ ਮੇਰੇ ਤੋਂ ਨਹੀਂ ਪੁੱਛਣਾ ਸੀ ਕਿਸੇ ਲਾਇਰ ਤੋਂ ਕੋਈ ਸਾਈਪ੍ਰਸ ਦਾ ਕੋਈ ਲਾਇਰ ਵਕੀਲ ਹੈ ਕੋਈ ਹੋਰ ਕੋਈ ਕੈਨੇਡਾ ਦਾ ਸਰ ਇਸੇ ਆਪਾਂ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਨਾ ਸਰ ਇਸੇ ਕਰਕੇ ਆਪਾਂ ਤੁਹਾਡੇ ਨਾਲ ਅਪਾਇੰਟਮੈਂਟ ਰੱਖੀ ਹੈ ਸਰ ਅੱਜ ਕੱਲ ਵਿਸ਼ਵਾਸ ਨਹੀਂ ਮੈਂ ਚਲੋ ਆਈ ਅੰਡਰਸਟੈਂਡ ਇਟ ਇਜ਼ ਆਲਰੇਡੀ ਟੂ ਲੇਟ ਤੁਸੀਂ ਅਸਾਈਲਮ ਦੀ ਐਪਲੀਕੇਸ਼ਨ ਕਦੋਂ ਪਾਈ ਹੈ ਸਰ ਇਹ ਮੇਬੀ 2019 ਦੇ ਵਿੱਚ ਆ 2 ਸਾਲ ਹੋ ਗਏ ਸੀ ਇਹ ਤੁਹਾਡਾ ਇੰਟਰਵਿਊ ਵਾਲਾ ਹੋ ਗਿਆ ਉਹਦਾ ਕਲੇਮ ਇੰਟਰਵਿਊ ਵਾਲਾ ਹੋ ਗਿਆ ਹਾਂਜੀ ਹਾਂਜੀ ਸਰ ਮੇਰੀ ਯਾਨੀ ਕਿ ਇਹਨਾਂ ਨੇ ਫਾਈਲ ਰਿਜੈਕਟ ਕਰਤੀ ਸੀਗੀ ਮੈਂ ਦੁਬਾਰਾ ਅਪੀਲ ਪਾਈ ਸੀਗੀ ਫਾਈਲ ਰਿਜੈਕਟ ਕਰ ਚੁੱਕੇ ਹੈ ਤੇ ਅਪੀਲ ਪਾਈ ਤੇ ਅਪੀਲ ਦਾ ਨਤੀਜਾ ਤੁਹਾਨੂੰ ਕੀ ਲੱਗਦਾ ਕਿ ਮਸੱਟਾ ਕੀ ਨਿਕਲਣਾ ਮਤਲਬ ਇਹਦੇ ਵਿੱਚ ਸਰ ਮੈਨੂੰ ਇਹਨਾਂ ਨੇ ਅਕਤੂਬਰ ਤੱਕ ਮੇਰੀ ਅਪੀਲ ਯਾਨੀ ਕਿ ਉਹ ਚੱਲਦੀ ਪਈ ਹੈ ਯਾਨੀ ਕਿ ਪਰ ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਇਸ ਤਰ੍ਹਾਂ ਦੇ ਕੇਸ ਕਰ ਚੁੱਕੇ ਹੈ ਉਹਨਾਂ ਦੀ ਅਪੀਲ ਪਾਸ ਹੋਈ ਹੈ
ਮੇਰੀ ਅਪੀਲ ਪਾਸ ਹੋ ਗਈ ਨਾ, ਮੇਰੀ ਇਹਨਾਂ ਨੇ ਫਾਈਲ ਓਪਨ ਕਰਤੀ ਸਰ। ਇਹ ਫਾਈਲ ਓਪਨ ਇਸ ਸਮਥਿੰਗ ਐਲਸ, ਇਹ ਜਿਹੜਾ ਹਾਂਜੀ ਫਾਈਲ ਦੇ ਬਾਅਦ ਜਿਹੜਾ ਫੈਸਲਾ ਕੀ ਨਿਕਲਣਾ ਆ ਜੇ, ਇਹਦਾ ਇਹਦਾ ਜਿਹੜਾ ਐਂਡ ਰਿਜ਼ਲਟ ਕੀ ਨਿਕਲਣਾ? ਸਰ ਇਹ ਯਾਨੀ ਕਿ ਜਿੱਦਾਂ ਮਤਲਬ ਆਪਾਂ ਅਪੀਲ ਕਰਦੇ ਆ ਨਾ, ਇਹ ਇਹ ਸਾਨੂੰ ਸਰ ਮੇ ਬੀ 5 ਮਹੀਨੇ ਜਾਂ 6 ਮਹੀਨੇ ਸਾਨੂੰ ਇੱਥੇ ਯਾਨੀ ਕਿ ਰੁਕਣ ਨੂੰ ਹੋਰ ਦੇ ਦਿੰਦੇ ਆ, ਉਸ ਤੋਂ ਬਾਅਦ ਫਿਰ ਆਪਣਾ ਫੈਸਲਾ ਦੁਬਾਰਾ ਸੁਣਾਉਂਦੇ ਆ। ਜੀ ਮੈਂ ਸਮਝ ਗਿਆ, ਲੇਕਿਨ ਫੈਸਲਾ ਇੱਥੋਂ ਨਿਕਲਣਾ ਕੀ ਹੈ? ਜਿਹੜੇ ਤੁਹਾਡੇ ਵਰਗੇ ਕੇਸ ਪਹਿਲਾਂ ਪਹਿਲਾਂ ਲੰਘ ਚੁੱਕੇ ਆ ਇਸ ਤਰ੍ਹਾਂ, ਉਹਨਾਂ ਦਾ ਹਾਂਜੀ ਫੈਸਲਾ ਯੈਸ ਆਇਆ ਕਿ ਨਹੀਂ ਆਇਆ? ਸਰ ਹਾਲੇ ਤੱਕ ਉਹਦਾ ਮੈਨੂੰ ਸਾਹਮਣੇ ਕੋਈ ਨਹੀਂ ਆਇਆ ਹੈਗਾ। ਯਾਰ ਕਮਾਲ ਕਰਦੇ, ਤਾਂ ਜੇ ਆ ਜਿਹੜੀ ਤੁਸੀਂ ਐਪਲੀਕੇਸ਼ਨ ਕਰ ਰਹੇ ਹੋ, ਅਪੀਲ ਵੀ ਕਰ ਰਹੇ ਹੋ, ਜਿਹਦੇ ਥਰੂ ਵੀ ਕਰ ਰਹੇ ਹੋ, ਸਰ ਲਾਸਟ ਲਾਸਟ ਦੇ ਵਿੱਚ ਪਤਾ ਕੀ ਵੇ ਹੁੰਦਾ ਵਾ, ਇੱਥੇ ਜਿੰਨੇ ਵੀ ਹੈਗੇ ਏਜੰਟ ਉਹ ਬਾਅਦ ਦੇ ਵਿੱਚ ਜਾ ਕੇ ਇਸਦੀ ਪੇਪਰ ਮੈਰਿਜ ਕਰਵਾ ਦਿੰਦੇ ਕਿਸੇ ਦੇ ਨਾਲ, ਜਾਂ ਬਲਕਾਰੀ ਆ ਜਾਂ ਬਲਕਾਰ। ਅੱਛਾ ਅੱਛਾ ਸਰ ਜੀ, ਫਿਰ ਤਾਂ ਇਸ ਤਰ੍ਹਾਂ ਕਰੋ ਬ੍ਰਦਰ, ਮੈਂ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਮੈਂ ਤਾਂ ਸਾਈਪ੍ਰਸ ਦਾ ਜਿਹੜੀ ਸਰ, ਇੱਥੇ ਵੀ ਅਸਾਇਲਮ ਲੋਅ ਰਿਫਿਊਜੀ ਚੱਲਦੇ ਹੈ, ਲੋਕ ਕਰਦੇ ਹੈ, ਲੋਕ ਪੰਜਾਬੀ ਕਰਕੇ ਲੋਕ ਆ ਕੇ, ਹਾਂਜੀ, ਪਰ ਰਿਫਿਊਜੀ ਅਤੇ ਅਸਾਇਲਮ ਕਰਨਾ ਬੜਾ ਔਖਾ ਹੈ ਇਸ ਵਕਤ, ਬਹੁਤ ਇਨ ਅਮੈਰੀਕਨ ਕੈਨੇਡਾ, ਇੱਥੇ ਬਣਾ ਪੋਸੀਬਲ, ਕਿਉਂਕਿ ਨਾ ਇੰਡੀਆ ਪ੍ਰੋਬਲਮ ਹੈ, ਨਾ ਦੁਬਈ ਪ੍ਰੋਬਲਮ ਹੈ, ਨਾ ਯੂਰਪ ਪ੍ਰੋਬਲਮ ਹੈ, ਕਿਤੇ ਵੀ ਪ੍ਰੋਬਲਮ ਨਹੀਂ ਹੈ। ਉਹ ਜਿਹੜੇ ਪੁਰਾਣੇ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ 20-25 ਸਾਲ ਪਹਿਲਾਂ, ਉਹ ਚੀਜ਼ਾਂ ਖਤਮ ਹੋ ਗਈਆਂ। ਸੋ ਇਸ ਕਰਕੇ ਮੇਰਾ ਮਸ਼ਵਰਾ ਇਹ ਹੈ ਕਿ ਤੁਸੀਂ ਅਗਰ ਜੇ ਆਪਣੇ ਕਿਸੇ ਤਰੀਕੇ ਨਾਲ ਅਗਰ ਸਾਈਪ੍ਰਸ ਪੱਕੇ ਹੋ ਸਕਦੇ ਹੋ, ਪੱਕੇ ਹੋ ਲਓ, ਭਾਵੇਂ ਮੈਰਿਜ ਕਰਾਓ, ਜਿਸ ਤਰ੍ਹਾਂ ਕਰਾਓ, ਆਈ ਐਮ ਨੋਟ ਹੇਅਰ ਟੂ ਡਿਸਾਈਡ ਕਿ ਵੀ ਤੁਸੀਂ ਕਿਵੇਂ ਕਰਾਓਗੇ। ਸਰ ਨਹੀਂ ਮੈਂ ਨਾ ਹੋਲਡ ਕਰ, ਹਾਂਜੀ ਕੀ ਕਰ? ਹੈਲੋ, ਹਾਂਜੀ ਬੋਲੋ ਸਰ। ਮੈਂ ਯਾਨੀ ਕਿ ਇੱਥੇ ਜਿੰਨਾ ਟਾਈਮ ਵੀ ਹੈਗਾ ਰਿਫਿਊਜੀ ਤੇ ਹਾਂ। ਹੈਲੋ ਜੀ, ਸੁਣ ਰਿਹਾ? ਬੋਲੋ ਬੋਲੋ, ਮੈਂ ਸੁਣ ਰਿਹਾ। ਮੇਰੀ ਅੰਗੇਜਮੈਂਟ ਹੋਈ ਹੈ ਸਰ। ਕਿੱਥੇ ਅੰਗੇਜਮੈਂਟ ਹੋਈ ਹੈ? ਇੰਡੀਆ ਸਰ। ਅੱਛਾ ਅੱਛਾ। ਤੇ ਸਰ ਉਹ ਯਾਨੀ ਕਿ ਮੈਂ ਜਦੋਂ ਵੀ ਇੱਥੋਂ ਕੰਟਰੀ ਛੱਡਣੀ ਹੈ, ਮੈਂ ਇੰਡੀਆ ਜਾ ਕੇ ਮੈਰਿਜ ਕਰਵਾਉਣੀ ਹੈ। ਅੱਛਾ, ਫਿਰ ਤਾਂ ਠੀਕ ਹੈ। ਫਿਰ ਤੇ ਫਿਰ ਤੇ ਤੁਹਾਡੇ ਆਪਣੇ ਤੁਹਾਡਾ ਵੀਜ਼ਾ ਕੈਨੇਡਾ ਦਾ ਵੀਜ਼ਾ ਸਾਈਪ੍ਰਸ ਤੋਂ ਲੱਗਣਾ ਨਹੀਂ ਹੈ, ਕਿਉਂਕਿ ਤੁਸੀਂ ਅਸਾਰਮ ਕਰ ਲਿਆ। ਹਾਂਜੀ ਸਰ। ਇੰਡੀਆ ਜਾਓ, ਇੰਡੀਆ ਮੈਰਿਜ ਕਰੋ, ਮੈਰਿਜ ਦੇ ਮਗਰੋਂ ਫਿਰ ਉੱਥੇ ਜਾ ਕੇ ਆਪਣੀ ਇੱਕ ਮੈਰਿਜ ਲਾਈਫ ਆਪਣੀ ਮੇਨਟੇਨ ਕਰੋ ਐਟਲੀਸਟ 6 ਮਹੀਨੇ। ਮੈਂ ਤੁਹਾਨੂੰ ਸਰ ਇਹੀ ਪੁੱਛਣਾ ਸੀਗਾ, ਜਦੋਂ ਆਪਾਂ ਚਲੋ ਮੈਰਿਜ ਕਰ ਲਈ ਹੈ ਨਾ, ਮੇਰੀ ਵਾਈਫ ਨੇ ਆਈਲੈਟਸ ਕਰ ਲਈ, ਉਸ ਤੋਂ ਬਾਅਦ ਆਪਾਂ ਸਪਾਊਸ ਵੀਜ਼ਾ ਅਪਲਾਈ ਹੋ ਕਰ ਸਕਦੇ ਦੋਨਾਂ ਦਾ, ਇਕੱਠਿਆਂ ਦਾ ਹੋ ਸਕਦਾ? ਬਿਲਕੁਲ ਬਿਲਕੁਲ ਕਰ ਸਕਦੇ, ਡਿਪੈਂਡ ਕਰਦਾ ਕਿ ਤੁਹਾਡੀ ਮੈਰਿਜ ਕਿੰਨੀ ਪੁਰਾਣੀ ਹੈ। ਅਗਰ ਜੇ ਮੈਰਿਜ ਤੁਹਾਡੀ 1 ਸਾਲ ਪੁਰਾਣੀ ਹੈ ਇੰਡੀਆ, ਤੁਸੀਂ ਮੈਰਿਜ ਕਰਕੇ ਅਗਰ ਸਟੇ ਕਰ ਗਏ ਤੇ ਫਿਰ ਹੋ, ਜੇਕਰ ਨਹੀਂ 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 ਕੀਤਾ ਫਿਰ ਨਹੀਂ ਹੋਣਾ, ਕਿਉਂਕਿ ਅੱਜ ਕੱਲ੍ਹ ਰੂਲ ਵੀ ਕਾਫੀ ਚੇਂਜ ਹੋ ਰਿਹਾ, ਬਹੁਤ ਸਾਰੇ ਫਰੋਡ ਚੱਲ ਰਹੇ ਪੰਜਾਬ ਦੇ, ਤੁਹਾਨੂੰ ਪਤਾ ਹੈ ਕੇਸਿਸ ਬਹੁਤ ਨਿਕਲ ਰਹੇ ਅੱਜ ਕੱਲ੍ਹ। ਸੋ ਬੜੀ ਸਖਤਾਈ ਹੈ ਸਪਾਊਸ ਵੀਜ਼ਾ ਵਿੱਚ, ਉਹ ਵੀ ਸਪਾਊਸ ਵੀਜ਼ਾ ਵਾਲਾ ਜਿਹੜਾ ਜਿਹੜਾ ਫੇਸ ਸੀ ਜਿਹੜਾ 2-3 ਸਾਲ ਪਹਿਲਾਂ ਸੀ, ਉਹ ਲੰਘ ਚੁੱਕਿਆ। ਅੱਜ ਕੱਲ੍ਹ ਬਹੁਤ ਸਖਤਾਈ ਹੈ, ਕਿਉਂਕਿ ਹਰੇਕ ਇਨਸਾਨ ਇਹ ਸੋਚ ਰਿਹਾ ਕਿ ਆਈਲੈਟਸ ਦੀ ਪੂਰੀ ਕਰਕੇ ਆਪਾਂ ਕੈਨੇਡਾ 'ਚ ਜਾਈਏ। ਇਸ ਤਰ੍ਹਾਂ ਇਨ ਇਨ ਦਾ ਕਮਿੰਗ ਮੰਥਸ 6 ਮਹੀਨੇ ਬਾਅਦ 1 ਸਾਲ ਬਾਅਦ ਇਹ ਹੋਣਾ ਨਹੀਂ ਹੈ, ਇਹ ਇਹ ਥੋੜ੍ਹਾ ਥੋੜ੍ਹਾ ਘੱਟ ਜਾਣਾ। ਲੇਕਿਨ ਅਗਰ ਜੇ ਤੁਸੀਂ ਜਾਓਗੇ ਇੰਡੀਆ ਜਾਓਗੇ ਤੇ ਮਿਨੀਮਮ 1 ਸਾਲ ਉੱਥੇ ਸਪੈਂਡ ਕਰੋ, ਆਪਣੀ ਵਾਈਫ ਨਾਲ ਰਹੋ, ਆਪਣੇ ਸਾਰੇ ਜੁਆਇੰਟ ਬੈਂਕ ਅਕਾਊਂਟ ਖੋਲੋ, ਜੁਆਇੰਟ ਪਾਸਪੋਰਟ, ਨਾਮ, ਜੁਆਇੰਟ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ, ਪੈਨ ਕਾਰਡ ਵਗੈਰਾ ਸਾਰਾ ਆਪਣਾ ਜੁਆਇੰਟ ਕਰਾ ਕੇ ਆਪਣਾ ਮੈਰਿਜ ਲਾਈਫ ਤੁਸੀਂ 1 ਸਾਲ ਦੀ ਪੁਰਾਣੀ ਕਰੋ, ਫਿਰ ਜਾ ਕੇ ਸਪਾਊਸ ਵੀਜ਼ਾ ਕਰ ਸਕਦਾ ਹੈ। ਅਬ ਤੁਹਾਡੇ ਜਿਹੜੇ ਵਾਈਫ ਦੀ ਕੁਆਲੀਫਿਕੇਸ਼ਨ ਕੀ ਹੈ? ਸਰ ਉਹਨਾਂ ਨੇ ਯਾਨੀ ਕਿ ਪਲੱਸ 2 ਜਿਹੜੀ ਮੈਡੀਕਲ ਦੇ ਨਾਲ ਕੀਤੀ ਹੈ, ਉਸ ਤੋਂ ਬਾਅਦ ਉਹਨਾਂ ਨੇ BSc ਕੀਤੀ ਸੀਗੀ। ਅੱਛਾ, ਤੇ ਅੱਜ ਕੱਲ੍ਹ ਕੋਈ ਜੌਬ ਕਰ ਰਹੇ ਹੋ? ਨਰਸਿੰਗ ਦੀ ਜੌਬ ਕਰਦੇ ਵੇ ਸਰ। ਅੱਛਾ, ਬਸ ਕਰਦੇ ਰਹੋ, ਉਹਨੂੰ ਕੋ ਨਰਸਿੰਗ ਜੌਬ ਕਰਦੇ ਰਹੋ। ਕਿੰਨੀ ਤਨਖਾਹ ਹੈ ਉਹਨਾਂ ਦੀ? ਸਰ ਉਹਨਾਂ ਦੀ ਸੈਲਰੀ ਹੈਗੀ ਹੈ ਮੇਬੀ 20,000 ਹੈ। ਠੀਕ ਹੈ, ਦੈਟਸ ਵੰਡਰਫੁਲ। ਚਲੋ BSc ਉਹਨਾਂ ਨੇ ਕੀਤੀ ਹੋਈ ਹੈ, ਨਰਸਿੰਗ ਦੀ ਜੌਬ ਕੰਟੀਨਿਊ ਕਰੋ ਤੇ BSc ਦੇ ਵਧੀਆ ਸਕੋਰ ਰੱਖੋ, ਤੇ 1 ਸਾਲ ਤੁਸੀਂ ਰਹਿ ਲਓ ਇਕੱਠੇ ਉਹਨਾਂ ਦੇ ਨਾਲ, ਤੁਸੀਂ ਆਦਰ ਨਾਲ ਸਪਾਊਸ ਵੀਜ਼ਾ ਕਰ ਦੇਣਾ ਤੁਹਾਡਾ। ਸਰ ਯਾਨੀ ਕਿ ਆਪਾਂ ਇਕੱਠੇ ਆ ਸਕਦੇ ਹਾਂ ਜਾਂ ਮੇਰੀ ਵਾਈਫ ਉਹਨਾਂ ਨੂੰ ਪਹਿਲਾਂ ਆਉਣਾ ਪਊਗਾ ਜਾਂ ਮੈਨੂੰ ਲੇਟ ਆਉਣਾ ਪਊਗਾ? ਇਟ ਡਿਪੈਂਡਸ ਔਨ 2 ਥਿੰਗਸ। ਜੇ ਤੁਸੀਂ ਅਗਰ ਇਕੱਠੇ ਮੈਰਿਜ ਦੇ ਬਾਅਦ ਇਕੱਠੇ ਰਹਿ ਲਏ, ਇੱਕ ਤਾਂ ਉਹ ਚੀਜ਼ ਹੈ, ਦੂਸਰਾ ਤੁਸੀਂ ਇੰਡੀਆ ਜਾਓਗੇ, ਇੰਡੀਆ ਵੀ ਤੁਹਾਨੂੰ ਕੋਈ ਨੌਕਰੀ ਚਾਹੀਦੀ ਹੈ, ਤੁਹਾਡੇ ਕੋਲ ਕੋਈ ਸੈਲਰੀ ਸਲਿੱਪ ਜਾਂ ਤੁਹਾਡਾ ਕੋਈ ਜੋਬ ਆਫਰ ਲੈਟਰ ਜਾਂ ਤੁਹਾਡੇ ਫੰਡ ਚਾਹੀਦੇ ਆ। ਅਗਰ ਜੇ ਨਹੀਂ ਹੋਗਾ ਤਾਂ ਉਹ ਪਹਿਲੇ ਜਾਏਗੀ, ਫਿਰ ਬਾਅਦ 'ਚ ਤੁਸੀਂ ਆਓਗੇ, ਤਦ ਤੱਕ ਤੁਹਾਡੇ ਕੋਲ ਡਾਕੂਮੈਂਟਸ ਹੋਣਗੇ। ਸੋ 2 ਗੱਲਾਂ ਜੀ ਲੋਡ ਹੁੰਦੀ ਹੈ ਹਮੇਸ਼ਾ ਕੈਨੇਡਾ ਸਪਾਊਸ ਵੀਜ਼ੇ ਲਈ, 1 ਕਿ ਵੀ ਮੈਰਿਜ ਕਿੰਨੀ ਪੁਰਾਣੀ ਹੈ, 2 ਕਿ ਵੀ ਹਸਬੈਂਡ ਕੋਲ ਕੋਈ ਜੋਬ ਹੈ, ਕੋਈ ਇਨਕਮ ਦਾ ਸੋਰਸ ਜਾਂ ਫੰਡਸ ਵਗੈਰਾ ਇਸ ਤਰ੍ਹਾਂ ਦੇ ਹੈ ਕਿ ਨਹੀਂ ਹੈ। ਜੇਕਰ ਨਹੀਂ ਹੈ ਫਿਰ ਵੀਜ਼ਾ ਲੱਗੇਗਾ ਨਹੀਂ। ਠੀਕ ਹੈ ਸਰ। ਤੇ ਸਰ ਜਿੱਦਾਂ ਮਤਲਬ ਮੈਂ ਕੀ ਕਹਿਣਾ ਚਾਹੁੰਦਾ ਸੀਗਾ, ਮੈਨੂੰ ਯਾਦ ਭੁੱਲ ਗਿਆ।
ਮੇਰਾ ਬ੍ਰਦਰ ਕਹਿੰਦਾ ਸੀਗਾ ਮੈਨੂੰ ਆਨਲਾਈਨ ਲੈ ਲਿਓ, ਮੈਂ ਹੁਣ ਆਨਲਾਈਨ ਲੈ ਸਕਦਾ ਵਿੱਚ ਕਨੈਕਟ ਕਰ ਸਕਦਾ? ਸ਼ੋਰ ਲੈ ਲਓ, ਇੱਕ ਮਿੰਟ ਹੈਲੋ ਜੁਆਇਨ ਕਰ ਲਓ। ਸਰ ਉਹਨਾਂ ਦੇ ਆਈਲੈਟਸ ਦੇ ਬੈਂਡ ਕਿੰਨੇ ਚਾਹੀਦੇ ਆ? ਉਹ ਤੇ ਡਿਪੈਂਡ ਕਰਦਾ ਕੋਰਸ ਕਿਹੜਾ ਪੜਨ ਪੜਾਈ ਕਰਨੀ ਉਹਨਾਂ ਨੇ, ਜਿਤੇ ਨਰਸਿੰਗ ਪੜਨੀ ਹੈ ਤੇ ਫਿਰ 6.5 ਹੋਏਗਾ, ਤਾਂ ਉਹਦੇ ਯੂਨੀਵਰਸਿਟੀ ਡਿਸਾਈਡ ਕਰੇਗੀ, ਜਿਹੜਾ ਕਾਲਜ ਜਿੱਥੇ ਆਉਂਦੇ ਨੇ ਉਹ ਡਿਸਾਈਡ ਕਰਦੇ ਨੇ। ਤੁਸੀਂ ਮੰਨ ਕੇ ਚੱਲੋ ਕਿ ਸਕੋਰ ਆਪਣਾ ਵਧੀਆ ਰੱਖੋ, 6.5 ਜਾਂ 7 ਜੋ ਵੀ ਕੁਝ ਹੈ, ਹਾਈ ਹਾਈਐਸਟ ਪੋਸੀਬਲ ਰੱਖੋ। ਠੀਕ ਬਸ ਜੀ, ਸਤਿ ਸ਼੍ਰੀ ਅਕਾਲ ਸਰ ਦੋਨੋਂ ਨੂੰ ਪਲੀਜ਼ ਗੋ ਅਹੈਡ। ਹਾਂਜੀ ਬਸ ਜੀ ਠੀਕ ਹੈ ਸਰ, ਬਹੁਤ ਵਧੀਆ ਸਰ। ਹਾਂਜੀ ਵਰਿੰਦਰ ਦੱਸੋ ਕੀ ਸਵਾਲ ਵਰਿੰਦਰ? ਹਾਂਜੀ ਹਾਂਜੀ ਸਰ, ਕੀ ਸਵਾਲ ਹੈ ਬ੍ਰਦਰ ਤੋਂ? ਕੀ ਸਵਾਲ ਹੈ ਸਰ? ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਆਪਾਂ ਜਾਨੀ ਕਿ ਆਈਲੈਟਸ ਜਿੱਦਾਂ ਕਰਵਾਈਏ ਕਿ ਕਿਹੜੇ ਕੀ ਸਬਜੈਕਟ ਹੁੰਦਾ, ਕੀ ਹਿਸਾਬ ਕਿਤਾਬ ਹੁੰਦਾ? ਦੇਖੋ ਅਗਰ ਤੇ ਉਹ ਨਰਸਿੰਗ ਪੜ੍ਹ ਰਹੀ ਹੈ, ਅਗਰ ਨਰਸਿੰਗ ਕਰ ਰਹੀ ਹੈ ਤੇ ਬੀਐਸਸੀ ਕਰ ਚੁੱਕੀ ਹੈ ਤੇ ਨਰਸਿੰਗ ਦਾ ਕੋਰਸ ਉਹਨੂੰ ਲੈਣਾ ਚਾਹੀਦਾ ਐਕਚੁਅਲੀ ਇਨ ਫਿਊਚਰ। ਅੱਛਾ ਜੀ, ਨਰਸਿੰਗ ਦਾ ਕੋਰਸ ਲੈ ਲਏ, ਕੋਈ 2 ਸਾਲ ਦਾ ਕੋਰਸ ਹੁੰਦਾ, ਪੀਜੀ ਡਿਪਲੋਮਾ ਇਨ ਨਰਸਿੰਗ ਜਾਂ ਹੈਲਥ ਕੇਅਰ, ਅਤੇ ਉਸ ਤਰ੍ਹਾਂ ਦਾ ਕੋਰਸ ਲੈ ਲਏ, ਉਹ ਕੋਰਸ ਵਧੀਆ ਵੀ ਹੈ, ਉਹਦੇ ਨਾਲ ਨੌਕਰੀ ਵੀ ਮਿਲੇਗੀ ਅਤੇ ਵੀਜ਼ਾ ਦੇ ਵੀ ਚਾਂਸਿਸ ਬਹੁਤ ਸੋਲਿਡ ਹੈ। ਸੋ ਇੰਗਲਿਸ਼ ਆਪਣੀ ਰੱਖੇ ਹਾਈ, 6.5 ਐਂਡ ਅਬਵ ਨਰਸਿੰਗ ਦਾ ਕੋਰਸ ਕੋਈ ਲੈ ਲਏ, ਅਤੇ ਫਿਰ ਉਹਨੂੰ ਸਟੱਡੀ ਵੀਜ਼ਾ ਤਾਂ ਮਿਲ ਹੀ ਜਾਏਗਾ। ਗੱਲ ਤਾਂ ਹੈ ਤੁਹਾਡੀ ਐਚ ਡੀ ਓ ਦੀ ਸਟੱਡੀ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ, ਗੱਲ ਤਾਂ ਹੈ ਕਿ ਵੀ ਤੁਸੀਂ ਕਿਵੇਂ ਜਾਓਗੇ, ਤੁਸੀਂ ਤੁਹਾਡਾ ਜਾਣਾ ਤਾਂ ਹੀ ਹੋਣਾ ਕਿ ਜਦ ਮੈਰਿਜ ਤੁਹਾਡੀ 1 ਸਾਲ ਪੁਰਾਣੀ ਹੋਏਗੀ, ਨਾਲ ਤੁਸੀਂ ਵੀ ਕੋਈ ਜੋਬ ਕਰੋਗੇ, ਕੋਈ ਇਨਕਮ ਸੋਰਸ ਹੋਏਗਾ। ਸੋ ਇਨਕਮ ਸੋਰਸ ਹੋਣਾ ਹਸਬੈਂਡ ਦਾ ਬਹੁਤ ਜ਼ਰੂਰੀ ਹੈ। ਇਸ ਕਰਕੇ ਜੇ ਤਾਂ ਤੁਸੀਂ ਅਗਰ 6 ਮਹੀਨੇ ਸਾਈਪ੍ਰਸ ਵੇਟ ਕਰ ਰਹੇ ਹੋ, ਤੁਹਾਡੀ ਮਰਜ਼ੀ ਹੈ, ਮੈਂ ਤਾਂ ਤੁਹਾਨੂੰ ਮਸ਼ਵਰਾ ਦੇਵਾਂਗਾ ਕਿ ਤੁਸੀਂ ਇੱਥੇ ਸਾਈਪ੍ਰਸ ਦਾ ਕਿਹੜਾ ਛੜਾ ਕੇ ਸਾਰਾ ਕੇਸ ਕੂਸ ਬੰਦ ਕਰਕੇ ਚੁੱਪ ਕਰਕੇ ਪੰਜਾਬ ਜਾਓ, ਉੱਥੇ ਮੈਰਿਜ ਕਰਕੇ ਆਪਣੀ ਮੈਰਿਡ ਲਾਈਫ ਸ਼ੁਰੂ ਕਰੋ। ਇੱਥੋਂ ਸਾਈਪ੍ਰਸ ਤਾਂ ਕੁਛ ਨਿਕਲਣਾ ਨਹੀਂ ਹੈ। ਮੈਨੂੰ ਕੋਈ ਉਮੀਦ ਨਹੀਂ ਹੈ ਕਿ ਸਾਈਪ੍ਰਸ ਦਾ ਕੋਈ ਅਸਾਲਮ ਸੁਣੋ ਕੁਛ ਨਿਕਲਣਾ। ਸੋ ਇਸ ਕਰਕੇ ਆਪਣਾ ਟਾਈਮ ਨਾ ਵੇਸਟ ਕਰੋ, ਇਹ ਤੁਹਾਡਾ 6 ਮਹੀਨੇ ਤੁਹਾਡੇ ਵੇਸਟ ਹੋ ਜਾਣੇ। ਇਸ ਤੋਂ ਬੈਟਰ ਇਹ ਹੈ ਕਿ ਤੁਸੀਂ ਜਾਓ ਇੰਡੀਆ ਜਾ ਕੇ ਮੈਰਿਜ ਕਰੋ ਅਤੇ ਨਾਲ ਆਪਣੀ ਮੈਰਿਡ ਲਾਈਫ ਸ਼ੁਰੂ ਕਰੋ, ਜਾ ਕੇ ਤੁਹਾਨੂੰ ਤੁਸੀਂ ਇੰਡੀਆ ਜੋਬ ਵੀ ਕਰਨੀ, ਕੋਈ ਇੰਡੀਆ ਜੋਬ ਕਰੋਗੇ, ਕੁਝ ਸੈਲਰੀ ਆਏਗੀ, ਕੁਝ ਇਨਕਮ ਆਏਗੀ, ਪੈਸੇ ਜੁੜਨੇ ਆ। ਬਿਕੋਜ਼ ਕੈਨੇਡਾ ਵੀਜ਼ਾ ਆਫਿਸਰ ਜਿਹੜੇ ਬੈਠੇ ਆ ਦਿੱਲੀ ਵਾਲੇ, ਉਹ ਫਿਰ ਤੁਹਾਡੀ ਜਿਹੜੀ ਇਨਕਮ ਨੂੰ ਚੈੱਕ ਕਰਦੇ ਆ, ਫਿਰ ਤੁਹਾਡੇ ਫੰਡ ਨੂੰ ਚੈੱਕ ਕਰਦੇ ਆ। ਜਦ ਤੱਕ ਤੁਸੀਂ ਜਾਓਗੇ ਨਹੀਂ ਤਦ ਤੱਕ ਉਹ ਸ਼ੁਰੂ ਨਹੀਂ ਹੋਣਾ ਕੰਮ। ਠੀਕ ਹੈ ਸਰ, ਠੀਕ ਹੈ ਮੈਂ ਸਵਾਲ ਸੁਣਿਆ ਸਮਝਿਆ ਨਹੀਂ ਬ੍ਰਦਰ, ਕੀ ਸਵਾਲ ਸੀ? ਮੈਂ ਕੀ ਸਵਾਲ ਪੁੱਛਿਆ ਨਾ, ਕਲੀਅਰ ਨਹੀਂ ਆ ਰਿਹਾ ਸਵਾਲ। ਜਦੋਂ ਬ੍ਰਿੰਦਰ ਕੈਨੇਡਾ ਲਈ ਆਪਣੀ ਵਾਈਫ ਦੇ ਨਾਲ, ਸਰ ਜਿੱਦਾਂ ਦਾ ਬੈਕਗ੍ਰਾਉਂਡ ਵਿੱਚ ਵੀ ਟਾਈਮ ਲੈ ਲਈ ਸਾਈਪ੍ਰਸ ਦੇ ਵਿੱਚ, ਉਸ ਮੈਨੂੰ ਲੱਗਦਾ ਕਿ ਸਵਾਲ ਸ਼ਾਇਦ ਤੁਹਾਡਾ ਇਹ ਹੈ ਕਿ ਵੀ ਅਸਾਲਮ ਲੈਣ ਦੇ ਬਾਅਦ ਵੀਜ਼ਾ ਮਿਲ ਜਾਏਗਾ ਕਿ ਨਹੀਂ ਮਿਲੇਗਾ। ਵੀਜ਼ਾ ਇਹਨਾਂ ਨੂੰ ਮਿਲ ਜਾਏਗਾ, ਬਸ਼ਰਤੇ ਕਿ ਵਾਪਸ ਆ ਕੇ ਆਪਣੇ ਵਾਈਫ ਨਾਲ 1 ਸਾਲ ਉੱਥੇ ਸਪੈਂਡ ਕਰਦੇ ਆ, ਮੈਰਿਜ ਦੇ ਬਾਅਦ ਟਾਈਮ ਸਪੈਂਡ ਕਰਦੇ ਆ ਅਤੇ ਨੌਕਰੀ ਕਰਦੇ ਆ, ਵੀਜ਼ਾ ਉਹਨਾਂ ਨੂੰ ਮਿਲ ਜਾਏਗਾ। ਅਸਾਲਮ ਦੀ ਪ੍ਰੋਬਲਮ ਜੋ ਹੈ ਉਹ ਸਾਈਪ੍ਰਸ ਜਦ ਤੁਸੀਂ ਛੱਡਤਾ ਤੇ ਅਸਾਲਮ ਦੀ ਪ੍ਰੋਬਲਮ ਖਤਮ ਹੋ ਜਾਏਗੀ। ਸਰ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਣਾ ਸੀਗਾ ਸਰ, ਜਿੱਦਾਂ ਮਤਲਬ ਮੈਂ ਜਦੋਂ ਅਸਾਈਲਮ ਅਪਲਾਈ ਕੀਤੀ ਸੀਗੀ ਨਾ ਜੀ, ਮੇਰਾ ਪਾਸਪੋਰਟ ਜਿਹੜਾ ਸੀਗਾ ਉਹ ਏਜੰਟ ਦੇ ਕੋਲ ਸੀਗਾ ਜੀ, ਉਹਨੇ ਸਰ ਮੇਰਾ ਯਾਨੀ ਕਿ ਪਾਸਪੋਰਟ ਮੈਨੂੰ ਵਾਪਸ ਨਹੀਂ ਕੀਤਾ ਸੀਗਾ ਜੀ। ਜਦੋਂ ਅਸਾਈਲਮ ਆਪਾਂ ਲੈਂਦੇ ਹੁੰਦੇ ਹੋ, ਅਸਾਈਲਮ ਵਾਲੇ ਪਾਸਪੋਰਟ ਯਾਨੀ ਕਿ ਜਮ੍ਹਾਂ ਕਰਦੇ ਹੁੰਦੇ ਸਾਡਾ ਜੀ, ਫਿਰ ਮੈਂ ਉਹਨਾਂ ਨੂੰ ਕੰਪਲੇਂਟ ਲਿਖਵਾਈ ਸੀਗੀ ਕਿ ਯਾਨੀ ਕਿ ਮੇਰਾ ਪਾਸਪੋਰਟ ਗੁਆਚ ਗਿਆ। ਉਹਨਾਂ ਨੇ ਮੈਨੂੰ ਪੇਪਰ ਦੇ ਦਿੱਤਾ ਸੀਗਾ, ਬਟ ਮੈਂ ਪੇਪਰ ਜਮ੍ਹਾਂ ਕਰਵਾ ਕੇ ਆਪਣੀ ਅਸਾਈਲਮ ਨੂੰ ਵਾਲੀ ਸੀਗੀ ਜੀ। ਜੇ ਮੈਂ ਹੁਣ ਆਪਣਾ ਕੋਈ ਵੀ ਯਾਨੀ ਕਿ ਇੱਥੋਂ ਪਾਸਪੋਰਟ ਬਣਵਾ ਲਵਾਂ, ਕੋਈ ਵੀ ਕੋਈ ਚੱਕਰ ਤਾਂ ਨਹੀਂ ਸਰ? ਨਹੀਂ ਨਹੀਂ, ਪਾਸਪੋਰਟ ਭਾਵੇਂ ਤੁਸੀਂ ਪਾਸਪੋਰਟ ਤੋਂ ਇੰਡੀਅਨ ਅੰਬੈਸੀ ਤੋਂ ਬਣਵਾਓਗੇ ਨਾ? ਹਾਂਜੀ ਹਾਂਜੀ, ਹਾਂ ਕੋਈ ਚੱਕਰ ਨਹੀਂ, ਤੁਸੀਂ ਪਾਸਪੋਰਟ ਬਣਾ ਲਓ, ਲੇਕਿਨ ਇੰਡੀਅਨ ਅੰਬੈਸੀ ਤੁਹਾਨੂੰ ਪੁੱਛੇਗੀ ਤੁਹਾਡਾ ਪੁਰਾਣੇ ਪਾਸਪੋਰਟ ਦਾ ਨੰਬਰ ਕੀ ਹੈ, ਜੇ ਤੁਹਾਨੂੰ ਅਗਰ ਯਾਦ ਵਾਰਾ ਹੈ ਸਰ ਤੁਸੀਂ ਦੇ ਦਿਓ, ਕੈਨੇਡਾ ਨੂੰ ਕੋਈ ਪ੍ਰੋਬਲਮ ਨਹੀਂ। ਠੀਕ ਹੈ ਸਰ, ਕੈਨੇਡਾ ਨੂੰ ਕੋਈ ਪ੍ਰੋਬਲਮ ਨਹੀਂ। ਠੀਕ ਹੈ ਠੀਕ ਹੈ,
ਸਰ ਇਮਰਜੈਂਸੀ ਫੰਡਸ ਦੇ ਅਕੋਰਡਿੰਗ ਸਰ ਫੰਡਸ ਜਿੱਦਾਂ ਕਿ ਮੈਂ ਤੁਹਾਡੀਆਂ ਸਰ ਬਹੁਤ ਜ਼ਿਆਦਾ ਵੀਡੀਓ ਦੇਖੀ ਦੀਆਂ ਸੀ ਮੇਰੇ ਮਦਰ ਤੋਂ ਤੁਹਾਡੀਆਂ ਇੱਦਾਂ ਫੋਟੋਆਂ ਦੇਖਦੇ ਹੁਣ ਵੀ ਸਾਹਮਣੇ ਰਹੀ ਹੈ ਚਾਹੀਦੀ ਹੈ ਆਵਾਜ਼ ਕੱਟ ਕੱਟ ਕੇ ਆ ਰਹੀ ਬਿੰਦਰ ਤੁਹਾਨੂੰ ਆਵਾਜ਼ ਆ ਰਹੀ ਕੱਟ ਕੱਟ ਕੇ ਆਵਾਜ਼ ਆ ਰਹੀ ਹਾਂਜੀ ਹਾਂਜੀ ਇਕਬਾਲ ਮਾੜਾ ਜਿਹਾ ਨੈਟਵਰਕ ਦੇ ਵਿੱਚ ਹੋਣਾ ਹੈਗਾ ਰੂਮ ਦੇ ਵਿੱਚ ਮੈਨੂੰ ਲੱਗਦਾ ਨੈਟਵਰਕ ਨਹੀਂ ਹੈਗਾ ਸ਼ਾਇਦ ਵਾਈਫਾਈ ਕਰਕੇ ਆਵਾਜ਼ ਕੱਟ ਰਹੀ ਹੈ ਜਾਂ ਤੇ ਵੀਡੀਓ ਵੀਡੀਓ ਆਪਣਾ ਹਟਾ ਦਿਓ ਕਿਉਂਕਿ ਡੇਟਾ ਤੁਹਾਡਾ ਯੂਜ਼ ਹੋ ਰਿਹਾ ਹੈ ਵੀਡੀਓ ਹਟਾ ਦਿਓ ਜਾਂ ਤੇ ਹੁਣ ਆਪਣੀ ਜਾਂ ਵੀਡੀਓ ਬੰਦ ਕਰ ਦੇ ਇਕਬਾਲ ਹੈਲੋ ਕਰਤੀ ਤੁਸੀਂ ਵੀਡੀਓ ਆਪਣੀ ਬੰਦ ਕਰ ਦੋ ਹੈਲੋ ਵੀ ਗੱਲ ਸੁਣੋ ਹਾਂਜੀ ਹਾਂਜੀ ਜੀ ਸਰ ਮੈਂ ਵੀਡੀਓ ਬੰਦ ਕਰਤੀ ਹੈ ਛੋਟੀ ਇੱਕ ਲੋਗੋ ਜਿਹਾ ਇੱਕ ਸਾਈਡ ਤੇ ਆ ਰਿਹਾ ਵੀਡੀਓ ਦਾ ਜੀ ਜੀ ਇੱਥੇ ਵੀਡੀਓ ਫਿਰ ਵੀ ਨਜ਼ਰ ਆ ਰਿਹਾ ਪੂਰਾ ਚੱਲ ਦੈਟਸ ਓਕੇ ਚਲੋ ਕੋਈ ਹੈ ਹਾਂ ਕੋਈ ਆਪਣਾ ਸਵਾਲ ਤੇ ਆਓ ਸੌਰੀ ਗੋ ਅਹੈਡ ਤੁਸੀਂ ਆਪਣਾ ਸਵਾਲ ਸਵਾਲ ਤੇ ਆਓ ਜੀ ਸਰ ਸਵਾਲ ਜਿੱਦਾਂ ਸੀਗਾ ਮੇਰਾ ਕਿ ਸਰ ਫੰਡਸ ਕਿੱਦਾਂ ਹੈ ਮੈਂ ਜਿੱਦਾਂ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦਾ ਮੇਰੇ ਮਦਰ ਜਿੱਦਾਂ 2.5 ਸਾਲ ਤੋਂ ਲਗਾਤਾਰ ਤੁਹਾਡੀਆਂ ਵੀਡੀਓਜ਼ ਦੇਖ ਰਹੇ ਨੇ ਇੱਦਾਂ ਦਾ ਕੋਈ ਦਿਨ ਨਹੀਂ ਸ਼ਾਮ ਨਹੀਂ ਸਵੇਰ ਨਹੀਂ ਜਦੋਂ ਤੁਹਾਡੀ ਵੀਡੀਓ ਨਾ ਦੇਖੀਏ ਦਿਲ ਜਿਹੜਾ ਨਾ ਧੜਕ ਧੜਕ ਕੇ ਮੂੰਹ ਦੇ ਵਿੱਚੋਂ ਆ ਕੇ ਬਾਹਰ ਨੂੰ ਨਿਕਲਣ ਨੂੰ ਕਰਦਾ ਪਰ ਯਕੀਨ ਨਹੀਂ ਹੁੰਦਾ ਵੀ ਤੁਹਾਡੇ ਨਾਲ ਗੱਲ ਹੋ ਰਹੀ ਹੈ ਹਾਰਟ ਬੀਟ ਪਤਾ ਨਹੀਂ ਕਿੰਨੇ ਦੇ ਚਲੀ ਗਈ ਹੈ ਜੁਆਇੰਟ ਅਕਾਊਂਟ ਦੇ ਵਿੱਚ ਉਹ ਸਾਰਾ ਕੁਛ ਸਮਝਾ ਦਿਓ ਔਰ ਮੇਰੇ ਪਾਸ ਜਿਵੇਂ ਬਿਜਲੀ ਬੋਰਡ ਗਵਰਨਮੈਂਟ ਇੰਪਲੋਏ ਨੇ ਰਿਟਾਇਰ ਦਾ ਕੋਈ ਬੈਨੀਫਿਟ ਮਿਲੂਗਾ ਕੋਈ ਲੈਟਰ ਵਗੈਰਾ ਲਾਣ ਆਪਣਾ ਜਿੱਦਾਂ ਕੁਛ ਮੈਂ ਦੱਸ ਰਿਹਾ ਉਹਦਾ ਕੀ ਹੈ ਇਹ ਹੁਣ ਵਰਿੰਦਰ ਆਏਗਾ ਵਰਿੰਦਰ ਇੱਕ ਸਾਲ ਆਪਣੀ ਜੋਬ ਕਰੇਗਾ ਇੱਕ ਸਾਲ ਇਹਦੇ ਕੋਲ ਇੱਕ ਜੋਬ ਦਾ ਲੈਟਰ ਸਾਨੂੰ ਚਾਹੀਦਾ ਹੈ ਜੋਬ ਦਾ ਲੈਟਰ ਮਤਲਬ ਜੋ ਵੀ ਜੋਬ ਮਿਲੇਗੀ ਉਹਨੂੰ ਜੋ ਵੀ ਉਹਨੂੰ ਤਨਖਾਹ ਮਿਲਦੀ ਹੈ ਭਾਵੇਂ 10,000 15,000 20,000 ਜੋ ਵੀ ਤਨਖਾਹ ਮਿਲਦੀ ਹੈ ਉਹ ਤਨਖਾਹ ਦੇ ਜਿਹੜੇ ਸੈਲਰੀ ਸਲਿਪਸ ਹੈ ਉਹ ਮੇਨਟੇਨ ਹੋਣੇ ਚਾਹੀਦੇ ਹੈ ਜਿਹਦੀ ਤਨਖਾਹ ਬੈਂਕ ਅਕਾਊਂਟ 'ਤੇ ਜੁੜੇਗੀ ਮਤਲਬ ਕਿ ਔਨਲਾਈਨ ਡਿਪੋਜ਼ਿਟ ਹੋਏਗੀ ਅਤੇ ਬੈਂਕ ਅਕਾਊਂਟ ਦਾ ਜੋ ਇੱਕ ਸਾਲ ਬਾਅਦ ਜਦ ਆਪਾਂ ਪ੍ਰਿੰਟ ਕਰਾਂਗੇ ਕਰੀਬ ਕਰੀਬ ਉਹਦੇ ਵਿੱਚ ਮਿਨੀਮਮ 4 ਤੋਂ 6 ਲੱਖ ਰੁਪਏ ਬੈਲੈਂਸ ਚਾਹੀਦਾ ਸਾਨੂੰ ਬਿਟਵੀਨ 4 ਤੋਂ 6 ਲੱਖ ਰੁਪਏ ਹਸਬੈਂਡ ਕੋਲ ਅਤੇ ਵਾਈਫ ਕੋਲ ਵੀ ਕੁਛ ਨਾ ਕੁਛ ਪੈਸੇ ਹੋਣਗੇ ਕਿਉਂਕਿ ਉਹ ਤਾਂ ਆਲਰੇਡੀ ਜੋਬ ਕਰ ਚੁੱਕਾ ਪਈ ਹੈ ਸੋ ਜਿੱਥੇ ਤੱਕ ਫੰਡ ਦੀ ਰਿਕੁਆਇਰਮੈਂਟ ਹੈ ਸਟੂਡੈਂਟ ਵੀਜ਼ਾ ਦੇ ਉਹਨੇ ਜਦ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਉਹਨੇ ਆਪਣੇ ਕਾਲਜ ਦੀ ਫੀਸ ਤਾਰਨੀ ਹੋਣੀ ਪਹਿਲੇ ਸਾਲ ਦੀ ਕਾਲਜ ਦੀ ਫੀਸ ਪੇ ਕਰਨੀ ਹੈ ਅਤੇ ਫਿਰ ਇੱਕ GIC ਕਰਨਾ ਹੈ ਅਤੇ ਕਾਲਜ ਦੀ ਫੀਸ ਕਰੀਬ ਹੁੰਦੀ ਹੈ ਕਰੀਬ ਕਰੀਬ ਮੰਨ ਕੇ ਚੱਲੋ ਡਿਪੈਂਡਿੰਗ ਔਨ ਦਾ ਕੋਰਸ ਕਰੀਬ ਕਰੀਬ $18,000-$20,000 ਹੋਏਗੀ ਕਾਲਜ ਦੀ ਫੀਸ ਇੱਕ ਸਾਲ ਦੀ ਕਰੀਬ ਠੀਕ ਹੈ ਜੀ ਅਤੇ ਦੂਸਰਾ ਹੁੰਦਾ ਹੈ GIC ਉਹ ਹੈ $10,000 ਦਾ ਅਤੇ $28,000 ਮਲਟੀਪਲਾਈ ਬਾਏ ਤੁਸੀਂ ਕਰ ਲਓ ਅਤੇ ਮਤਲਬ 13-14 ਲੱਖ ਰੁਪਏ ਤਾਂ ਇਹੀ ਹੋ ਗਏ ਠੀਕ ਹੈ 13-14 ਲੱਖ ਰੁਪਏ ਤਾਂ ਇਹੀ ਹੋ ਗਏ ਫਿਰ ਹਸਬੈਂਡ ਦੇ ਕੋਲ ਇਸ ਤੋਂ ਇਲਾਵਾ ਕਰੀਬ ਕਰੀਬ ਬਿਟਵੀਨ 4-6 ਲੱਖ ਰੁਪਏ ਬੈਲੈਂਸ ਹੋਣਾ ਚਾਹੀਦਾ ਇਹਨਾਂ ਕੋਲ ਤਾਂ ਜਾ ਕੇ ਇਹਨਾਂ ਦੀ ਸਪਾਊਸ ਦਾ ਫਾਈਲ ਲੱਗ ਜਾਏਗੀ ਕਲੀਅਰ ਸਰ ਫਾਦਰ ਕੁਛ ਪ੍ਰੂਫ ਕਰਨ ਆਪਣਾ ਰਹਿਣਾ ਹੈ ਫਾਦਰ ਦਾ ਕੋਈ ਲੈਣਾ ਫਾਦਰ ਦਾ ਕੋਈ ਕਨੈਕਸ਼ਨ ਨਹੀਂ ਹੈ ਫਾਦਰ ਮਦਰ ਦਾ ਕੋਈ ਕਨੈਕਸ਼ਨ ਨਹੀਂ ਹੈ ਇੱਥੇ ਫਾਦਰ ਦੇ ਫੰਡਸ ਜਾਂ ਮਦਰ ਦੇ ਫੰਡਸ ਇੱਥੇ ਅਸੀਂ ਕੁਛ ਯੂਜ਼ ਨਹੀਂ ਕਰ ਸਕਦੇ ਹਾਂ ਜੇਕਰ ਫਾਦਰ ਦੇ ਮਦਰ ਨੇ ਹੈਲਪ ਕਰਨੀ ਹੈ ਤੇ ਵਰਿੰਦਰ ਦੇ ਅਕਾਊਂਟ ਵਿੱਚ ਵਰਿੰਦਰ ਦੇ ਅਕਾਊਂਟ ਆਪਣੇ ਆਪਣੀ ਉਹਨਾਂ ਦੇ ਹਾਂ ਇਹਨਾਂ ਦੇ ਵਾਈਫ ਦੇ ਅਕਾਊਂਟ ਵਿੱਚ ਥੋੜ੍ਹੇ ਥੋੜ੍ਹੇ ਕਰਕੇ 10-10,000 ਰੁਪਏ ਹੌਲੀ ਹੌਲੀ ਹੁਣੇ ਹੀ ਪਾਈ ਪਾਉਣਾ ਸ਼ੁਰੂ ਕਰ ਦਿਓ ਕਿਉਂਕਿ ਉਹ ਜਦ ਇੱਕ ਸਾਲ ਬਾਅਦ ਇੱਕ ਪੁਰਾਣੇ ਫੰਡਸ ਹੋ ਜਾਣਗੇ ਜੇ ਇਕੱਠਾ ਤੁਸੀਂ ਪਾਓਗੇ ਤਾਂ ਫਿਰ ਪ੍ਰੋਬਲਮ ਜਾਏਗੀ ਹੁਣ ਤੋਂ ਹੀ ਅਗਰ ਕੁਛ ਨਾ ਕੁਛ ਥੋੜ੍ਹਾ ਬਹੁਤ ਅਮਾਊਂਟ ਇੱਕ ਸੈੱਟ ਕਰ ਦਿਓ ਲੈਟਸ ਸੇ 10,000 ਰੁਪੀਜ਼ ਪਰ ਮੰਥ ਜਾਂ 15,000 ਰੁਪਏ ਪਰ ਮੰਥ ਉਹ ਤੁਸੀਂ ਆਪਣਾ ਇਨਕਲੂਡ ਕਰਨਾ ਸ਼ੁਰੂ ਕਰ ਦਿਓ ਮਤਲਬ ਕਿ ਫਾਦਰ ਮਦਰ ਦੀ ਪ੍ਰੋਪਰਟੀ ਜਾਂ ਫਾਦਰ ਮਦਰ ਦੀ ਨੌਕਰੀ ਜਾਂ ਫਾਦਰ ਮਦਰ ਦੀ ਪੈਨਸ਼ਨ ਉਹਦੇ ਨਾਲ ਕੋਈ ਸਾਨੂੰ ਫਾਇਦਾ ਨਹੀਂ ਹੋਣਾ ਕਿਉਂਕਿ ਇਹ ਸਾਡਾ ਫੋਕਸ ਹੈ ਹਸਬੈਂਡ ਕੋਲ ਕੀ ਹੈ ਅਤੇ ਵਾਈਫ ਕੋਲ ਕੀ ਹੈ ਫਾਦਰ ਮਦਰ ਦਾ ਕੁਛ ਲੈਣਾ ਦੇਣਾ ਨਹੀਂ ਹੈ ਇੱਥੇ ਠੀਕ ਹੈ ਸਰ
ਹਾਂਜੀ ਅੱਗੇ ਸਰ ਇਹ ਪੁੱਛਣਾ ਸੀ ਜਿਵੇਂ ਮੈਰਿਜ ਦੇ ਅਕੋਰਡਿੰਗ ਮੈਂ ਸਾਰੀਆਂ ਵੀਡੀਓ ਦੇਖ ਰਿਹਾ ਤੁਹਾਡੀਆਂ ਕਿ ਮੈਰਿਜ ਹਿਸਟਰੀ ਰਿਲੇਸ਼ਨਸ਼ਿਪ ਕਿੰਨਾ ਹੋਣਾ ਚਾਹੀਦਾ ਜੁਆਇਨ ਹੋਣੀ ਚਾਹੀਦੀ ਫਿਰ ਸਾਰਾ ਕੁਛ ਰੱਖਿਆ ਹੋਇਆ ਵੈਸੇ ਵੀ ਜੁਆਇੰਟ ਅਕਾਊਂਟ ਹੋਣਾ ਚਾਹੀਦਾ ਅਤੇ ਉਹ ਤਾਂ ਮੈਨੂੰ ਸਾਰਾ ਕੁਛ ਪਤਾ ਹੀ ਹੈ ਜਿੱਦਾਂ ਵੀ ਜਿਹੜੇ ਜਿਹੜੇ ਪਰੂਫ ਚਾਹੀਦੇ ਆ ਪਰ ਫਿਰ ਵੀ ਸਰ ਜੇ ਕੋਈ ਦੱਸਣਾ ਹੋਵੇ ਤੁਸੀਂ ਦੱਸ ਸਕਦੇ ਹੋ ਜਿਵੇਂ ਸਾਨੂੰ ਆਧਾਰ ਕਾਰਡ ਦਾ ਪਤਾ ਸੋਰਸ ਆਫ ਇਨਕਮ ਵੀ ਜਿੱਦਾਂ ਵੀ ਜੁਆਇੰਟ ਅਕਾਊਂਟ ਬਣਾਉਣਾ ਨੋਮੀਨੀ ਵਾਈਫ ਨੂੰ ਬਣਾਉਣਾ ਚਾਹੀਦਾ ਹੈ ਜੀ ਜੀ ਉਹ ਉਹ ਸਾਰਾ ਇਹ ਸਾਰਾ ਇਹ ਸਾਰਾ ਕੰਮ ਹੋ ਜਾਣਾ ਹੈ ਉਹ ਤਾਂ ਹੀ ਹੋਣਾ ਜਦ ਹਸਬੈਂਡ ਵੱਧ ਤੋਂ ਵੱਧ ਟਾਈਮ ਮੈਰਿਜ ਦੇ ਬਾਅਦ ਸਪੈਂਡ ਕਰੇਗਾ ਇਸੇ ਕਰਕੇ ਮੈਂ ਇਹਨਾਂ ਨੂੰ ਬਾਰ ਬਾਰ ਕਹਿ ਰਿਹਾ ਕਿ ਤੁਸੀਂ ਸਾਈਪ੍ਰਸ ਨੂੰ ਗੁੱਡ ਬਾਏ ਕਰਕੇ ਵਾਪਸ ਇੰਡੀਆ ਇਮੀਡੀਏਟਲੀ ਆਓ ਫੌਰਨ ਆਓ ਜਾ ਕੇ ਮੈਰਿਜ ਕਰੋ ਮੈਰਿਜ ਦੇ ਬਾਅਦ ਆਪਣੀ ਗ੍ਰਸਤੀ ਸ਼ੁਰੂ ਕਰੋ ਗ੍ਰਸਤੀ ਸ਼ੁਰੂ ਕਰੋਗੇ ਮਤਲਬ ਕਿ ਕੋਈ ਨਾ ਕੋਈ ਪਾਣੀ ਦਾ ਬਿੱਲ ਬਿਜਲੀ ਦਾ ਬਿੱਲ ਕੋਈ ਹਨੀਮੂਨ ਜਾਣਾ ਕੋਈ ਫੋਟੋ ਖਿੱਚਣੀ ਕਿਸੇ ਦੇ ਘਰ ਜਾਣਾ ਅਤੇ ਫੋਟੋਆਂ ਲੈਣੀ ਇਹ ਸਾਰੇ ਡਾਕੂਮੈਂਟਸ ਤਾਂ ਹੀ ਜੁੜਨੇ ਸ਼ੁਰੂ ਹੋਣਗੇ ਸੋ ਬੈਂਕ ਅਕਾਊਂਟ ਸਾਂਝਾ ਖੋਲ੍ਹਣਾ ਜ਼ਰੂਰੀ ਹੈ ਕੋਈ ਲਾਈਫ ਇੰਸ਼ੋਰੈਂਸ ਖੋਲ੍ਹ ਸਕਦੇ ਹੋ ਤੁਸੀਂ ਆਪਣਾ ਜੁਆਇੰਟ ਇੱਕ ਜਿਹੜਾ ਨੋਮਿਨੀ ਬਣਾ ਕੇ ਅਤੇ ਫਿਰ ਆਪ ਜਿਹੜੇ ਆਪਣੇ ਡਾਕੂਮੈਂਟਸ ਹੈ ਆਧਾਰ ਕਾਰਡ ਹੈ ਪੈਨ ਕਾਰਡ ਵੋਟਰ ਕਾਰਡ ਇਹ ਸਾਰੇ ਨਾਮ ਆਪਣੇ ਜੁਆਇੰਟ ਕਰਾ ਲੈਣੇ ਹਸਬੈਂਡ ਵਾਈਫ ਦੇ ਨਾਮ ਜੁਆਇੰਟ ਆ ਜਾਣਗੇ ਕਿਉਂਕਿ ਇਹਨਾਂ ਨੇ ਇੱਕ ਸਾਲ ਰਹਿਣਾ ਹੈ ਅਤੇ ਕਾਫੀ ਸਾਰੇ ਫੋਟੋਜ਼ ਜਨਰੇਟ ਹੋਣਗੇ ਫੋਟੋਜ਼ ਤੁਸੀਂ ਰੋਜ਼ ਖਿੱਚੀ ਜਾਓ ਮੈਂ ਸਮਝਦਾ ਕਿ ਇੱਕ ਸਾਲ ਦੇ ਬਾਅਦ ਕਰੀਬ ਕਰੀਬ 1000-2000 ਤੁਹਾਡੇ ਕੋਲ ਫੋਟੋ ਹੋਣੀ ਚਾਹੀਦੀ ਹੈ ਕਿ ਵੀ ਤੁਸੀਂ ਵੱਖਰੇ ਵੱਖਰੇ ਥਾਂ ਤੁਸੀਂ ਗਏ ਹਨੀਮੂਨ ਦੀ ਫੋਟੋਜ਼ ਕੁਛ ਹੋਰ ਹੈ ਕਿਸੇ ਦੇ ਘਰ ਗਏ ਕਿਸੇ ਦੇ ਪਾਰਟੀ 'ਤੇ ਗਏ ਕਿਸੇ ਦੇ ਮੈਰਿਜ 'ਤੇ ਗਏ ਜਾਂ ਕਿਸੇ ਗੁਰਦੁਆਰਾ ਸਾਹਿਬ ਗਏ ਜਾਂ ਸਮਥਿੰਗ ਜਿੱਥੇ ਵੀ ਗਏ ਸੀ ਫੋਟੋਆਂ ਉਹ ਜੁੜ ਜਾਏ ਇਹਨਾਂ ਕਾਫੀ ਹੈ ਫੋਨ ਆਓ ਇੱਕ ਸਾਲ ਦੀ ਅਗਰ ਹਿਸਟਰੀ ਹੋ ਗਈ ਤਾਂ ਫਿਰ ਵੀਜ਼ਾ ਅਫਸਰ ਉਹਨੂੰ ਪ੍ਰੋਬਲਮ ਨਹੀਂ ਕਰਦੇ ਦੈਟ ਮੀਨਸ ਉਹਨਾਂ ਨੂੰ ਪਤਾ ਹੈ ਕਿ ਇਹ ਮੈਰਿਜ ਹੈ ਇਹ ਹੁਣ ਸਟੇਬਲ ਹੋ ਗਈ ਮੈਰਿਜ ਚੱਲ ਕੇ ਚੱਲ ਮਤਲਬ ਇਹ ਚਲੰਤ ਹੈ ਮੈਰਿਜ ਇਹ ਨਹੀਂ ਕਿ ਮੈਰਿਜ ਹੁਣ ਇੱਕ ਸਾਲ ਦਾ ਸਾਨੂੰ ਚਾਹੀਦਾ ਹੈ ਮਤਲਬ ਜਿਹੜੇ ਆਫਟਰ ਮੈਰਿਜ ਪ੍ਰੂਫ ਅਤੇ ਹਸਬੈਂਡ ਵਾਈਫ ਇਕੱਠੇ ਰਹਿਣ ਸਰ ਜਿਵੇਂ ਹੁਣ ਇਹ ਵਰਿੰਦਰ ਆਪਣੇ ਇੱਥੇ ਸਾਈਪ੍ਰਸ ਗਏ ਸਾਈਪ੍ਰਸ ਦੇ ਵਿੱਚ ਆਪਣੇ ਜਿੰਨੀ ਅਰਨ ਕਰ ਰਿਹਾ ਹੈ ਉਹਦੀ ਸਾਈਪ੍ਰਸ ਦੀ ਹਿਸਟਰੀ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਜਦ ਮੈਰਿਜ ਹਿਸਟਰੀ ਇੱਕ ਸਾਲ ਪੁਰਾਣੀ ਹੋ ਜਾਂਦੀ ਹੈ ਨਹੀਂ ਉਹ ਤਾਂ ਮੈਰਿਜ ਹਿਸਟਰੀ ਕੁਛ ਹੋਰ ਚੀਜ਼ ਹੈ ਸਾਈਪ੍ਰਸ ਦੀ ਹਿਸਟਰੀ ਕੁਛ ਹੋਰ ਚੀਜ਼ ਹੈ ਜਦ ਵੀ ਕੈਨੇਡਾ ਵੀਜ਼ਾ ਦਾ ਫੋਰਮ ਭਰਦੇ ਹੈ ਅਤੇ ਵੀਜ਼ਾ ਆਫਿਸਰ ਸਾਰਾ ਪੁੱਛਦਾ ਕਿ ਵੀ ਤੁਸੀਂ ਸਾਈਪ੍ਰਸ ਕੀ ਕਰਦੇ ਸੀ ਦੁਬਈ ਕੀ ਕੀਤਾ ਤੁਸੀਂ ਸਾਰਾ ਉਹ ਹਿਸਟਰੀ ਸਾਨੂੰ ਉਹ ਦੱਸ ਨਹੀਂ ਪੈ ਗਿਆ ਅਸੀਂ ਉਹਨੂੰ ਲੁਕਾ ਨਹੀਂ ਸਕਦੇ ਸੋ ਜੋ ਵੀ ਸਾਈਪ੍ਰਸ ਦਾ ਇਹਨਾਂ ਕੋਲ ਜਿਹੜੇ ਰਿਕਾਰਡ ਹੈ ਜਿਹੜੇ ਕੰਮ ਕਰਨੇ ਹੈ ਲਾਂਡਰੀ ਦਾ ਜਾਂ ਟਰੈਕਿੰਗ ਦਾ ਜੋ ਵੀ ਕੰਮ ਕਰ ਰਹੇ ਉਹ ਸਾਰਾ ਰਿਕਾਰਡ ਇਹਨਾਂ ਨੂੰ ਲੈ ਕੇ ਆਉਣਾ ਪੈਗਾ ਇੱਥੇ ਇੰਡੀਆ ਕਿਉਂਕਿ ਉਹ ਸਾਰਾ ਵੇਰਵਾ ਦੇਣਾ ਪੈਗਾ ਉਹ ਲਿਖਣਾ ਪੈਂਦਾ ਫੋਰਮ 'ਤੇ ਇਸ ਤਰ੍ਹਾਂ ਤੁਸੀਂ ਉਹਨੂੰ ਹਾਈਡ ਨਹੀਂ ਕਰ ਸਕਦੇ ਠੀਕ ਹੈ ਸਰ ਸਰ ਹੁਣ ਜਿੱਦਾਂ ਮੈਂ ਇੱਥੇ ਯਾਨੀ ਕਿ ਮੈਂ ਆਪਣਾ ਯਾਨੀ ਕਿ ਕੰਮ ਕਰਦਾ ਵਾਂ ਉਹਦੇ ਵਿੱਚ ਮੇਰਾ ਕੋਈ ਵਰਕ ਲੈਟਰ ਨਹੀਂ ਹੈਗਾ ਕੋਈ ਇੰਸ਼ੋਰੈਂਸ ਨਹੀਂ ਹੈਗੀ ਉਹਦੇ ਵਿੱਚ ਮੈਂ ਕੀ ਲਿਖਾਊਂਗਾ ਫਿਰ ਸਰ ਜੀ ਉਹ ਜੋ ਤੁਸੀਂ ਕੰਮ ਕਰ ਰਹੇ ਹੋ ਜੇ ਨਹੀਂ ਹੈ ਤਾਂ ਨਹੀਂ ਹੈ ਦੱਸ ਓਕੇ ਕਿਉਂਕਿ ਫੋਰਮ 'ਤੇ ਅਸੀਂ ਲਿਖਣਾ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਉਹ ਸਬੂਤ ਹੀ ਮੰਗਦਾ ਹੈ ਤੁਹਾਡੇ ਤੋਂ ਇਸ ਬਿਆਨ ਮੰਗ ਰਿਹਾ ਕਿ ਤੁਸੀਂ ਕੰਮ ਕੀਤਾ ਹੈ ਕਿ ਨਹੀਂ ਹੈ ਸਰ ਕਿਉਂਕਿ ਕੱਲ੍ਹ ਨੂੰ ਅਗਰ ਸਾਈਪ੍ਰਸ ਤੋਂ ਤੁਹਾਡਾ ਅਗਰ ਪੁਲਿਸ ਕਲੀਅਰੈਂਸ ਮੰਗਵਾਉਣਾ ਹੈ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਤੁਸੀਂ ਕੀ ਕੰਮ ਕਰਕੇ ਆਏ ਹੋ ਕਿਉਂਕਿ ਜਦ ਵੀ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰੋਗੇ ਤੁਹਾਡੀ ਜਿਹੜੀ ਦੁਬਈ ਦੀ ਹਿਸਟਰੀ ਅਤੇ ਸਾਈਪ੍ਰਸ ਦੀ ਹਿਸਟਰੀ ਦਾ ਪੁਲਿਸ ਕਲੀਅਰੈਂਸ ਲੱਗੂਗਾ ਕਿਉਂਕਿ ਕਿਆ ਪਤਾ ਤੁਸੀਂ ਸਾਈਪ੍ਰਸ ਕਿਸੇ ਦਾ ਕੋਈ ਕ੍ਰਾਈਮ ਕਰਕੇ ਆ ਗਏ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਸਹੀ ਹੈ ਸਰ ਬਾਕੀ ਮੇਰੇ ਕੋਲ ਆਈਡੀਆ ਹੈਗੀ ਪ੍ਰਿੰਸ ਵਾਸਤੇ ਕੁਛ ਲੱਗ ਤੁਸੀਂ ਆਵਾਜ਼ ਨਹੀਂ ਆਈ ਕੀ ਕਰ ਇਕਵਾਲ ਆਵਾਜ਼ ਨਹੀਂ ਆਈ ਦੁਬਾਰਾ ਬੋਲੇ ਸਰ ਜਿਵੇਂ ਸਪਾਊਸ ਮਨੀਸ਼ਾ ਇਸ ਵੇਲੇ ਕੰਮ ਕਰ ਰਹੇ ਨੇ ਜੋਬ ਕਰ ਰਹੇ ਨੇ ਉਹਨਾਂ ਕੋਲ 5 ਸਾਲ ਦਾ ਐਕਸਪੀਰੀਅੰਸ ਹੈ ਤੇ ਉਹਨਾਂ ਦੀ ਕੋਈ ਉਹਨਾਂ ਨੂੰ ਹਿਸਟਰੀ ਬਣਾਉਣ ਦੀ ਜ਼ਰੂਰਤ ਹੈ ਕਿ ਮੈਂ ਉੱਥੇ ਸੈਲਰੀ ਸਲਿੱਪ ਵਗੈਰਾ ਕੁਛ ਕਰਨ ਦੀ ਇੱਦਾਂ ਦੀ ਕੋਈ ਚੀਜ਼ ਕਲੈਕਟ ਕਰਨ ਦੀ ਲੋੜ ਹੋਵੇ ਬਿਲਕੁਲ ਲੋੜ ਹੈ ਜੀ ਬਿਲਕੁਲ ਉਹ ਇਹਦੇ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਇਹਨਾਂ ਨੂੰ ਕਿ ਜਦ ਵੀ ਉਹ ਸਟੂਡੈਂਟ ਅਪਲਾਈ ਕਰਦੀ ਹੈ ਤੇ ਸਾਰੀ ਉਹਨਾਂ ਦੇ ਜਿਹੜਾ ਕੀ ਨਾਮ ਹੈ ਮਨੀਸ਼ਾ ਹਾਂਜੀ ਮਨੀਸ਼ਾ ਮਨੀਸ਼ਾ ਦਾ ਜੋਬ ਲੈਟਰ ਮਨੀਸ਼ਾ ਦੇ ਜਿਹੜੇ ਉਹ ਸੈਲਰੀ ਸਲਿੱਪਸ ਤੇ ਸੈਲਰੀ ਸਲਿੱਪਸ ਜਿਹੜੇ ਅਕਾਊਂਟ ਵਿੱਚ ਜਮ੍ਹਾਂ ਹੋ ਰਹੀ ਉਹ ਅਕਾਊਂਟ ਸਟੇਟਮੈਂਟ ਤੇ ਇਨਕਮ ਟੈਕਸ ਰਿਕਾਰਡ ਇਨਕਮ ਟੈਕਸ ਰਿਟਰਨ ਜਿਹੜੇ ਫਾਈਲ ਕਰ ਰਹੀ ਹੋਊਗੀ 1-2 ਸਾਲ ਤੋਂ ਉਹ ਸਾਰਾ ਕੰਮ ਆਏਗਾ ਜਿਹੜੇ ਉਹ ਸਟੱਡੀ ਵੀਜ਼ਾ ਅਪਲਾਈ ਕਰੇਗੀ ਅਤੇ ਨਾਲ ਹਸਬੈਂਡ ਨੂੰ ਨਾ ਕਰੇਗੀ ਕਿਉਂਕਿ ਹਸਬੈਂਡ ਵਾਈਫ ਦਾ ਅਸੀਂ ਇਕੱਠੇ ਕਰਨਾ ਹੈ ਅਤੇ ਉਹ ਸਾਰਾ ਇਕੱਠਾ ਹੀ ਇਹਨਾਂ ਵਿੱਚ ਹੀ ਉਹ ਸਾਰਾ ਕਵਰ ਅਪ ਹੋ ਜਾਏਗਾ ਇਹਨਾਂ ਦੇ ਨਾਲ ਹੀ ਸਰ ਜਿੱਦਾਂ ਉਹਨੇ ਜਿੱਦਾਂ ਬੀ ਐੱਸ ਸੀ ਕਲੀਅਰ ਕੀਤੀ ਸੀਗੀ ਉਹ 6 ਮੰਥ ਯਾਨੀ ਕਿ ਫ੍ਰੀ ਰਹੀ ਸੀਗੀ ਉਹ ਉਹਦੀ ਕੋਈ ਪ੍ਰੋਬਲਮ ਤਾਂ
ਕੋਈ ਕੁਝ ਸਾਡੇ ਕੋਲ ਤਾਂ ਕੇਸਿਸ ਹੈ ਜਿਹਦੇ ਵਿੱਚ 10-10 ਸਾਲ ਲੋਕੀ ਫ੍ਰੀ ਬੈਠੇ ਆ, ਵਿਹਲੇ ਬੈਠੇ ਆ, ਨਾ ਵੀਜ਼ਾ ਲੱਗਿਆ ਉਹਨਾਂ ਨੂੰ। ਠੀਕ ਹੈ ਸਰ। ਗਲਤ ਇਹ ਹੈ ਕਿ ਉਹਨੇ ਪੜ੍ਹਾਈ ਕਾਹਦੀ ਕਰਨੀ ਹੈ, ਮਤਲਬ ਕਿ ਉਹਨੇ ਅਗਰ ਜੇ ਬੀਐੱਸਸੀ ਕੀਤੀ ਹੈ, ਨਰਸਿੰਗ ਕਰ ਰਹੀ ਹੈ, ਤੇ ਉਹਦਾ ਇੰਟਰਸਟ ਉਹਨੇ ਅਗਰ ਗਾਂ ਨੂੰ ਜਾ ਕੇ ਨਰਸਿੰਗ ਪੜ੍ਹਨੀ ਹੈ, ਕੁਛ ਹੋਰ ਪੜ੍ਹਨਾ ਹੈ, ਮਤਲਬ ਇਹ ਉਹਨੂੰ ਪਤਾ ਹੋਣਾ ਚਾਹੀਦਾ, ਉਹਨੂੰ ਪਤਾ ਹੀ ਹੋਏਗਾ। ਸੋ ਅਗਰ ਉਹ ਨਹੀਂ, ਉਹਨਾਂ ਨੇ ਪੁੱਛਿਆ ਸੀਗਾ, ਉਹ ਕਹਿੰਦੇ ਸਰ ਉਹਨਾਂ ਨੂੰ ਪੁੱਛਿਓ ਕੀ ਬੈਟਰ ਰਹੂਗਾ। ਬੈਸਟ ਇਜ਼ ਨਰਸਿੰਗ, ਨਰਸਿੰਗ ਐਂਡ ਹੈਲਥ, ਕਿਉਂਕਿ ਨਰਸਿੰਗ ਹੈਲਥ ਕੇਅਰ ਦੀ ਜਿਹੜੀ ਜੋਬਾਂ ਵੀ ਬਹੁਤ ਹੈ ਇੱਥੇ ਕੈਨੇਡਾ, ਅਤੇ ਫਿਊਚਰ ਵੀ ਬਹੁਤ ਹੈ, ਕੱਲ੍ਹ ਨੂੰ ਉਹਦਾ ਇਮੀਗ੍ਰੇਸ਼ਨ ਵੀ ਉਹਨਾਂ ਦੇ ਪੁਆਇੰਟ ਸਿਸਟਮ 'ਤੇ ਲੱਗ ਸਕਦੀ। ਠੀਕ ਹੈ ਸਰ। ਜ਼ਿਆਦਾ ਡਾਊਟ ਤਾਂ ਇਹੀ ਸੀਗਾ, ਜਾਂ ਮੈਂ ਡਰ ਜਿੱਦਾਂ ਮਤਲਬ ਮੇਰੀ ਅਸਾਈਲਮ ਸੀਗੀ, ਕਈ ਕਹਿ ਦਿੰਦੇ ਜਦੋਂ ਆਪਾਂ ਵਾਪਸ ਇੰਡੀਆ ਚੱਲ ਗਏ ਕਿ ਨਹੀਂ ਅਸਾਈਲਮ ਬੰਦੇ ਦੀ ਬੋਲਦੀ ਹੁੰਦੀ ਹੈ, ਤੁਹਾਨੂੰ ਵੀਜ਼ਾ ਨਹੀਂ ਦਿੰਦੀ ਹੈਗੀ ਜਿੱਦਾਂ ਕੈਨੇਡਾ ਦਾ। ਉਹ ਗੱਲ ਕੁਛ ਹੋਰ ਹੈ, ਜਿਹਦੇ ਅਸਾਈਲਮ ਕਰਕੇ ਤੁਸੀਂ ਅੱਜ ਵਾਪਸ ਆ ਗਏ, ਕੱਲ੍ਹ ਨੂੰ ਅਪਲਾਈ ਕਰਦੇ ਹੋ ਕੈਨੇਡਾ ਵੀਜ਼ਾ, ਕੈਨੇਡਾ ਨੇ ਦੇਣਾ ਨਹੀਂ ਹੈ, ਕੈਨੇਡਾ ਨੇ ਵੀਜ਼ਾ ਦੇਣਾ ਤੁਹਾਨੂੰ ਵਾਈਫ ਦੇ ਬੇਸ 'ਤੇ, ਵਾਈਫ ਦਾ ਤਾਂ ਹੋਏਗਾ ਕਿਉਂਕਿ ਅਦਰਵਾਈਜ਼ ਤਾਂ ਪੱਕਾ ਹੋ ਗਿਆ ਕਿ ਤੁਸੀਂ ਆ ਕੇ ਵਿਆਹ ਕਰਾ ਕੇ ਤੁਹਾਡਾ ਜਿਹੜਾ ਵਿਆਹ ਹੀ ਕੈਨੇਡਾ ਲਈ ਹੋਇਆ, ਅਦਰਵਾਈਜ਼ ਇਹ ਸਮਝਦੇ ਹਾਂ ਕਿ ਬੰਦਾ ਵਾਪਸ ਆਇਆ ਕਿਉਂ, ਕਿਉਂਕਿ ਸਾਈਪ੍ਰਸ ਪੱਕਾ ਨਹੀਂ ਹੋਇਆ, ਉਹਨਾਂ ਨੇ ਸੋਚਿਆ ਕਿ ਵੀ ਆਈਲੈਂਸ ਵਾਲੀ ਕੁੜੀ ਲੱਭ ਰਹੀ ਹੈ ਅਤੇ ਇਹਦੇ ਥਰੂ ਆਪਾਂ ਕੈਨੇਡਾ ਲੈ ਲਾਂਗੇ। ਸੋ ਜਦ ਤੱਕ ਤੁਹਾਡੀ ਮੈਰਿਜ ਪੁਰਾਣੀ ਨਹੀਂ ਹੁੰਦੀ, ਮੇਰੇ ਕੋਲ ਇਸ ਤਰ੍ਹਾਂ ਦੇ ਕਈ ਕੇਸਿਸ ਹੈ, ਇੱਕ ਬੰਦਾ ਮੇਰੇ ਕੋਲ ਸੀਗਾ ਜਿਹੜਾ ਆਸਟ੍ਰੇਲੀਆ ਤੋਂ ਵਾਪਸ ਆਇਆ, ਉਹ ਅੱਜ ਕੈਨੇਡਾ ਬੈਠਾ ਹੋਇਆ, ਅਤੇ ਆਸਟ੍ਰੇਲੀਆ ਤੋਂ ਵਾਪਸ ਆ ਕੇ ਫਿਰ ਉਹਨੇ ਆ ਕੇ ਵਿਆਹ ਕਰਾਇਆ, ਕੁਰੂਕਸ਼ੇਤਰ ਸੀ ਲੁਧਿਆਣਾ, ਅਤੇ ਉਹਨੇ ਆ ਕੇ ਇੱਥੇ ਵਿਆਹ ਕਰਾ ਕੇ 2 ਸਾਲ ਜਾਂ 2-3 ਸਾਲ ਰਹੇ, ਫਿਰ ਜਾ ਕੇ ਤਾਂ ਵੀਜ਼ਾ ਲੱਗਿਆ, ਉਹਦੀ ਵੀਡੀਓ ਵੀ ਪਾਈ ਹੋਈ ਹੈ। ਹਾਂਜੀ ਸਰ, ਉਹ ਦੇਖੀ ਹੈ, ਨਿਊਜ਼ੀਲੈਂਡ ਤੋਂ ਸੀ ਸ਼ਰ ਸੈਂਡ। ਹਾਂਜੀ 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 ਹਾਂਜੀ, ਉਹ ਇਸ ਵਕਤ ਹਾਂਜੀ ਹਾਂਜੀ ਸਰ, ਸੈਕਿੰਡ ਹੋਲਡ ਕਰਨਾ। ਮਨੀਸ਼ਾ ਦਾ ਆਪਣਾ ਅਕਾਊਂਟ, ਸੈਲਰੀ ਅਕਾਊਂਟ ਕਿੰਨੇ ਤਨਖਾਹ ਜੁੜ ਰਹੀ ਹੈ, ਤਨਖਾਹ ਕਿੰਨੀ ਜੁੜ ਰਹੀ ਹੈ? ₹2.5 ਲੱਖ ਸਾਲ ਦੇ ਹੈ, ਪਿਛਲੇ 1-2 ਸਾਲ ਤੋਂ ਕੰਮ ਕਰ ਰਹੀ ਹੈ ਸਰ, ਉਹਨੂੰ 4 ਸਾਲ ਹੋ ਗਿਆ। ਹਾਂ, 4 ਸਾਲ ਹੋ ਗਏ, ਤੇ ਡੈਟ ਮੀਨਸ ਕਿ ਉਹਦੇ ਕੋਲ ਬੈਲੈਂਸ ਮਿਨੀਮਮ 3-4 ਲੱਖ ਰੁਪਏ ਤੋਂ ਬੈਲੈਂਸ ਰੱਖਣਾ ਹੀ ਚਾਹੀਦਾ ਉਹਨਾਂ ਰੱਖੋ। ਓਕੇ ਸਰ, ਇੱਕ ਇਹ ਪੁੱਛਣਾ ਸੀ, ਜਿਵੇਂ ਕਿ ਬਰਿੰਦਰ ਇੱਥੇ ਸਾਈਪ੍ਰਸ ਦੇ ਵਿੱਚ, ਅਗਰ ਜੇ ਬੰਦਾ ਸਾਈਪ੍ਰਸ ਦੇ ਵਿੱਚ ਹੋਵੇ, ਜੇ ਮੰਨ ਲਓ ਕਿ ਮੈਂ ਕੱਲ੍ਹ ਨੂੰ ਵੀ ਸਾਈਪ੍ਰਸ ਦੇ ਵਿੱਚ ਜਾਂਦਾ, ਜੇ ਮੈਂ ਆਪਣੀ ਵਾਈਫ ਜਿੱਦਾਂ ਨਰਸਿੰਗ ਦੇ ਵਿੱਚ ਹੋਵੇ, ਤਾਂ ਉਹਨੂੰ ਮੈਂ ਸਾਈਪ੍ਰਸ ਦੇ ਵਿੱਚ ਆਪਾਂ ਦੋਨੋਂ ਅੱਗੇ ਕੈਨੇਡਾ ਲਈ ਅਪਲਾਈ ਕਰ ਸਕਦੇ ਹਾਂ? ਪ੍ਰੋਬਲਮ ਜੀ, ਪ੍ਰੋਬਲਮ ਹੈ ਕਿ ਅਗਰ ਜਿਸ ਤਰ੍ਹਾਂ ਹੁਣ ਮਨੀਸ਼ਾ ਹੈ, ਮਨੀਸ਼ਾ ਅਗਰ ਸਾਈਪ੍ਰਸ ਜਾ ਕੇ ਇਹਨੂੰ ਸਾਈਪ੍ਰਸ ਦੀ ਨੌਕਰੀ ਮਿਲਦੀ ਹੈ ਕੁਛ, ਤਾਂ ਉਹ ਆਪ ਸੈੱਟ ਹੋ ਸਕਦੀ ਹੈ, ਮੈਨੂੰ ਸਾਈਪ੍ਰਸ ਦਾ ਰੂਲ ਪਤਾ ਨਹੀਂ। ਅਗਰ ਮਨੀਸ਼ਾ ਦਾ ਫਿਊਚਰ ਤਾਂ ਵਧੀਆ ਹੈ, ਉਹ ਸਾਈਪ੍ਰਸ ਵੀ ਜਾ ਸਕਦੀ ਹੈ, ਯੂਰਪ ਵੀ ਜਾ ਸਕਦੀ, ਜਿੱਥੇ ਮਰਜ਼ੀ ਉਹਨੂੰ ਜੋਬ ਮਿਲ ਸਕਦੀ ਹੈ, ਉਹ ਜੋਬ ਦੇ ਬੇਸ 'ਤੇ ਜਾ ਸਕਦੀ ਹੈ, ਲੇਕਿਨ ਫਿਰ ਇਹਦੇ ਹਸਬੈਂਡ ਦਾ ਕੋਈ ਉਧਾਰ ਨਹੀਂ ਹੋਣਾ, ਹਸਬੈਂਡ ਨੂੰ ਫਾਇਦਾ ਨਹੀਂ ਮਿਲਣਾ, ਕਿਉਂਕਿ ਹਸਬੈਂਡ ਨੇ ਬਹੁਤ ਵੱਡੀ ਗਲਤੀ ਕਰ ਲਈ ਹੈ ਕਿ ਇਹਨਾਂ ਨੇ ਅਸਾਲਮ ਕਰ ਲਿਆ। ਜਿਹੜਾ ਬੰਦਾ ਅਸਾਲਮ ਕਰ ਲੈਂਦਾ, ਤਾਂ ਡੈਟ ਮੀਨਸ ਕਿ ਉਹਨੂੰ ਨਾ ਅਮੈਰੀਕਾ ਨਾ ਕੈਨੇਡਾ ਕੋਈ ਵੀ ਉਹਨੂੰ ਵੀਜ਼ਾ ਨਹੀਂ ਦਿੰਦੇ। ਠੀਕ ਹੈ। ਸੋ ਦੈਟ ਮੀਨਸ ਕਿ ਇਹਨਾਂ ਦਾ ਜੋ ਅਸਾਈਲਮ ਦਾ ਚੈਪਟਰ ਕਲੋਜ਼ ਤਾਂ ਹੀ ਹੋਏਗਾ ਜਦੋਂ ਆਪਣੀ ਕੰਟਰੀ ਮੁੜ ਕੇ ਆ ਕੇ ਆਪਣੀ ਕੰਟਰੀ ਵਿੱਚ ਦੁਬਾਰਾ ਜਾ ਕੇ ਆਪਣੇ ਪੈਰ ਜਮਾ ਕੇ ਉੱਥੇ ਕੰਮ ਕਰ ਸੈੱਟ ਕਰਦੇ ਆਪਣੀ ਕੰਟਰੀ ਜਾ ਕੇ। ਅਦਰਵਾਈਜ਼ ਮਤਲਬ ਕਿ ਸਾਈਪ੍ਰਸ ਤੋਂ ਹੁਣ ਸਾਈਪ੍ਰਸ ਵੀ ਇਟਲੀ ਵੀ ਹੈ, ਉੱਥੇ ਇੱਕ ਕੈਨੇਡੀਅਨ ਐਮਬੈਸੀ ਹੈ, ਪਰ ਉਹਨਾਂ ਨੇ ਜਿਨ੍ਹਾਂ ਨੇ ਅਸਾਈਲਮ ਕਰ ਲਿਆ, ਜਿਹੜੇ ਵੀ ਯੂਰਪ ਦੇ ਲੋਕ ਹੈ, ਜਿਹੜੇ ਜਰਮਨੀ ਹੈ, ਪੁਰਤਗਾਲ ਹੈ, ਸਪੇਨ, ਗ੍ਰੀਸ, ਬਹੁਤ ਸਾਰੇ ਅਸਾਈਲਮ ਕਰਦੇ ਹੈ, ਉਹਨਾਂ ਨੂੰ ਵੀਜ਼ਾ ਦਿੰਦੇ ਨਹੀਂ ਜਦ ਤੱਕ ਅਸਾਈਲਮ ਪਾਸ ਨਾ ਹੋ ਜਾਏ।
ਅਸਾਲਮ ਵਾਲੀ ਇਹਨਾਂ ਦਾ ਪਾਸ ਨਹੀਂ ਹੋਇਆ, ਇਹਦਾ ਤਾਂ ਪੈਂਡਿੰਗ ਹੈ ਅਤੇ ਮੈਨੂੰ ਉਮੀਦ ਵੀ ਨਹੀਂ ਹੈ ਕਿ ਅਸਾਲਮ ਪਾਸ ਹੋਏਗਾ। ਆਈ 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 ਡੋਂਟ ਥਿੰਕ ਕਿ ਪਾਸ ਹੋਏਗਾ, ਲੇਕਿਨ ਉਮੀਦ ਬਹੁਤ ਥੋੜ੍ਹੀ ਹੈ। ਠੀਕ ਹੈ ਜੀ ਸਰ, ਇਹ ਸਰ ਸਭ ਤੋਂ ਵੱਡਾ ਦਿਲ ਦੇ ਵਿੱਚ ਸੀਗੀ ਖੁੰਦਕ ਕਿ ਕੱਲ੍ਹ ਨੂੰ ਇਹ ਇੱਥੇ ਆ ਜਾਵੇ, ਇਹਦੀ ਫਾਈਲ ਨਾ ਲੱਗੇ ਤੇ ਬਹੁਤ ਜ਼ਿਆਦਾ ਔਖਾ ਹੋ ਜਾਣਾ ਫਿਰ। ਔਰ ਫਾਈਲ ਲੱਗ ਜਾਏਗੀ, ਇਹ ਫਾਈਲ ਲੱਗ ਜਾਏਗੀ, ਡੋਂਟ ਵਰੀ, ਫਾਈਲ ਲੱਗ ਜਾਏਗੀ, ਡੋਂਟ ਵਰੀ, ਘਬਰਾਉਣ ਦੀ ਲੋੜ ਨਹੀਂ ਹੈ, ਫਿਕਰ ਕਰਨ ਦੀ ਲੋੜ ਨਹੀਂ, ਤੁਸੀਂ ਆ ਜਾਣਾ, ਅਗਲੇ ਸਾਲ ਕੰਟੈਕਟ ਕਰ ਲੈਣਾ। ਪਰ ਮੇਰੀ ਸ਼ਰਤ ਸਿਰਫ ਇੰਨੀ ਹੈ ਕਿ ਇਹਨਾਂ ਨੇ ਮੈਰਿਜ ਦੇ ਬਾਅਦ ਇੱਕ ਸਾਲ ਮਨੀਸ਼ਾ ਦੇ ਨਾਲ ਉੱਥੇ ਇੰਡੀਆ ਰਹਿਣਾ ਹੈ, ਠੀਕ ਹੈ, ਵਨ ਈਅਰ, ਮਿਨੀਮਮ ਵਨ ਈਅਰ, ਇੱਕ ਸਾਲ ਇਹ ਸ਼ਰਤ ਹੈ। ਸੋਰੀ ਮੈਂ ਟੋਕਦਾ ਪਿਆ, ਹਾਂਜੀ ਹਾਂਜੀ। ਹਾਂ, ਦੂਸਰੀ ਦੂਸਰੀ ਸ਼ਰਤ ਹੈ ਕਿ ਇਹਨਾਂ ਨੇ ਇੰਡੀਆ ਆ ਕੇ ਆਪਣੀ ਨੌਕਰੀ ਕਰਨੀ ਹੈ, ਨੌਕਰੀ ਕਰਕੇ ਮਤਲਬ ਇਨਕਮ ਜਨਰੇਟ ਕਰਨੀ ਹੈ ਤੁਸੀਂ, ਬਸ ਦੋ, ਮੇਰੀ ਦੋ ਸ਼ਰਤਾਂ ਨੇ, ਹੋਰ ਬਾਕੀ ਕੋਈ ਪ੍ਰੋਬਲਮ ਨਹੀਂ, ਵੀਜ਼ਾ ਲੱਗ ਜਾਏਗਾ ਨਾ, ਡੋਂਟ ਵਰੀ ਅਬਾਊਟ ਇਟ। ਸਰ ਜੋਬ ਕਿੱਦਾਂ ਵੀ ਕਿਸ ਇਸ ਸਰ ਦੁਬਈ ਦੇ ਵਿੱਚ ਜੋਬ ਕਰਦਾ ਰਿਹਾ ਹੈ, ਇੰਡੀਆ ਦੇ ਵਿੱਚ ਕੁਛ ਤੁਸੀਂ ਦੱਸ ਸਕਦੇ ਹੋ ਕਿੱਦਾਂ ਦੀ ਜੋਬ ਕਰੇ, ਕਿਉਂਕਿ ਡਰਾਈਵਰੀ ਕੀਤੀ ਹੈ ਇਹਨੇ, ਕੁਛ ਤੁਸੀਂ ਗਾਈਡਿਆ ਦੇ ਦਿਓ। ਨਹੀਂ ਕੋਈ ਵੀ ਜੋਬ, ਜੋ ਜੋਬ ਮਿਲਦੀ ਹੈ ਉਹਨੂੰ ਪੰਜਾਬ ਆ ਕੇ, ਮੈਨੂੰ ਨਹੀਂ ਪਤਾ ਕਿਹੜੀ ਜੋਬ ਕਰੇਗਾ, ਜੋਬ ਜੋਬ ਜਿਹੜੀ ਮਰਜ਼ੀ, ਜੋਬ ਜਿਹੜੀ ਮਰਜ਼ੀ ਕਰਨਾ ਹੈ ਕਰ ਲਏ, ਜੋਬ ਹੋਣੀ ਚਾਹੀਦੀ, ਮਤਲਬ ਕੋਈ ਇਨਕਮ ਇਨਕਮ ਜਨਰੇਟ ਹੋਣੀ ਚਾਹੀਦੀ। ਤੁਸੀਂ ਤੁਸੀਂ ਵਿਹਲੇ ਨਹੀਂ ਬੈਠ ਸਕਦੇ, ਤੁਸੀਂ ਅਗਰ ਜੇ ਅਗਰ ਬੇਰੁਜ਼ਗਾਰ ਰਹੇ, ਅਨਇੰਪਲੋਇਡ ਰਹੇ, ਫਿਰ ਵੀਜ਼ਾ ਫਿਰ ਨਹੀਂ ਮਿਲਣਾ। ਸੋ ਕੋਈ ਨਾ, ਜੋ ਵੀ ਤੁਹਾਨੂੰ ਜੋਬ ਮਿਲਦੀ ਹੈ, ਅਗਰ ਤੁਹਾਨੂੰ ਪੰਜਾਬ ਜੋਬ ਨਹੀਂ ਮਿਲਦੀ, ਤੁਸੀਂ ਚੰਡੀਗੜ੍ਹ ਚਲੇ ਜਾਓ, ਦਿੱਲੀ ਚਲੇ ਜਾਓ, ਜਿੱਥੇ ਮਰਜ਼ੀ ਜਾਓ, ਜੋਬ ਕਰੋ ਕੁਛ ਨਾ ਕੁਛ, ਮਤਲਬ ਕਿ ਯੂ ਨੀਡ ਸੋਰਸ ਆਫ ਇਨਕਮ। ਠੀਕ ਹੈ ਜੀ ਤੇ ਸਰ, ਸੈਲਰੀ ਦੀ ਕੋਈ ਦਿੱਕਤ ਹੈ ਨਹੀਂ ਕਿ ਸੈਲਰੀ 30,000 ਜਾਂ 25,000 ਜਾਂ 30 ਮੋਰ ਦੈਨ 35,000 ਇੰਨੀ ਇੱਕ ਮੇਨਟੇਨ ਬਣਾ ਕੇ ਰੱਖਣੀ ਪੈਂਦੀ ਮਿਸ ਹਾਊਸ ਨੂੰ? ਨਹੀਂ ਕੋਈ ਚੱਕਰ ਨਹੀਂ, ਜਿੰਨੀ ਜਿੰਨੀ ਮਿਲਦੀ ਹੈ, ਜਿੰਨੀ ਪ੍ਰੋਪਰ, ਜਿੰਨੀ ਪ੍ਰੋਪਰ, ਕਿਉਂਕਿ ਅਸੀਂ ਸੱਚੀ ਨੌਕਰੀ ਕਰਨੀ ਹੈ, ਝੂਠਾ ਕੰਮ ਨਹੀਂ ਕਰਨਾ। ਜੋ ਵੀ ਇੱਕ ਸਹੀ ਨੌਕਰੀ ਮਿਲਦੀ ਹੈ, ਜਿੰਨੀ ਵੀ ਤਨਖਾਹ ਮਿਲਦੀ ਹੈ, ਮੇਰੇ ਕੋਲ ਤਾਂ ਕਈ ਇਗਜ਼ਾਮਪਲ ਹੈ, ਜਿਸ ਤਰ੍ਹਾਂ ਜਿਨ੍ਹਾਂ ਨੂੰ 10,000, 12,000, 15,000 ਵੀ ਮਿਲਦੀ, ਜਿਹਨਾਂ ਕੋਲ ਜੋਬ ਹੀ ਨਹੀਂ ਹੈ, ਉਹ ਖੇਤੀ ਦਾ ਕੰਮ ਕਰਦੇ ਹੈ, ਕਿਸੇ ਕੋਲ ਜੇ ਫਾਰਮ ਹੈ, ਕੁਛ ਹੈ। ਸੋ ਗੱਲ ਇਹ ਹੈ ਕਿ ਵੀ ਜੋ ਕਾਗਜ਼ ਲਾਉਣੇ ਆਪਾਂ ਸੱਚੇ ਕਾਗਜ਼ ਲਾਉਣੇ ਆ, ਕੋਈ ਝੂਠ ਨਹੀਂ ਬੋਲਣਾ। ਸਰ ਜਿਵੇਂ ਖੇਤੀ ਦਾ ਕੰਮ ਕਰ ਸਕਦੇ, ਆਪਣੀ ਆਪਣੀ ਖੇਤੀ ਹੈਗੀ ਹੈ? ਹਾਂ, ਖੇਤੀ ਖੇਤੀ ਦਾ ਕੰਮ ਦਿਖਾ ਸਕਦੇ, ਜੇ ਤੁਹਾਡੇ ਕੋਲ ਜੇ ਫਾਰਮਸ ਹੈ, ਇਹਨਾਂ ਦੇ ਨਾਮ ਬ੍ਰਦਰ ਅਤੇ ਨਾਮ ਜੇ ਫਾਰਮਸ ਹੈ, ਅਤੇ ਉਹ ਸਾਰੇ ਸਾਲ ਦੇ ਪੂਰੇ ਸੀਜ਼ਨ ਦੇ ਤੁਸੀਂ ਦਿਖਾ ਸਕਦੇ ਹੋ, ਇਹਨਾਂ ਨੂੰ ਇਸ਼ੂ ਹੋਇਆ ਇਹਨਾਂ ਦੇ ਨਾਮ 'ਤੇ, ਉਹਨਾਂ ਦੇ ਬੈਂਕ ਅਕਾਊਂਟ 'ਚ ਆਏਗਾ, ਫਿਰ ਉਹ ਉਸ ਚੀਜ਼ ਨੂੰ ਸਟੇਟਮੈਂਟ ਤੁਸੀਂ ਆਪਣੇ ਟੋਟਲ ਇਨਕਮ ਦਿਖਾ ਸਕਦੇ ਹੋ। ਪਰ ਉਹਦੇ ਲਈ ਆਈ ਟੀ ਆਰ ਫਾਈਲ ਕਰਨਾ ਜ਼ਰੂਰੀ ਹੈ, ITR ਮਤਲਬ ITR 'ਤੇ ਸਾਰੀ ਗ੍ਰੋਸ ਇਨਕਮ ਨਜ਼ਰ ਆਏਗੀ। ਵੈਸੇ ਤਾਂ ਸਰ ਇਹਨੇ ਐਕਸਕਾਵੇਟਰ ਮਸ਼ੀਨ ਵੀ ਸਿੱਖੀ ਹੋਈ ਹੈ, ਚਲਾ ਲੈਂਦਾ ਹੈ, ਉਹ ਜੋਬ ਕਰ ਲਏਗਾ, ਕਿਸੇ ਮਾਲਕ ਕੋਲ ਵੀ ਸਰ ਚੱਲੇਗੀ ਜੋਬ, ਜਿੱਦਾਂ ਛੋਟੇ ਮੋਟੇ ਮਾਲਕ ਹੁੰਦੇ? ਹਾਂ, ਕੋਈ ਚੱਕਰ ਨਹੀਂ, ਕੋਈ ਚਮਾ ਵੀ ਛੋਟਾ ਮਾਲਕ ਹੋ ਜਾਂ ਵੱਡੀ ਫੈਕਟਰੀ ਹੋ, ਜਿੱਥੇ ਮਰਜ਼ੀ ਜੋਬ ਕਰਨਾ ਹੈ, ਜੋਬ ਲੈਟਰ ਚਾਹੀਦੀ ਹੈ, ਅਪੁਆਇੰਟਮੈਂਟ ਲੈਟਰ ਚਾਹੀਦਾ ਥੋੜ੍ਹਾ ਬਹੁਤ, ਅਤੇ ਜਿਹੜੀ ਅੱਜ ਕੱਲ੍ਹ ਤਨਖਾਹ ਵੀ ਇਸ਼ੂ ਕਰਦੇ ਹਾਂ, ਔਨਲਾਈਨ ਇਸ਼ੂ ਕਰਦੇ ਹਾਂ, ਬਾਈ ਚੈੱਕ ਇਸ਼ੂ ਕਰਦੇ ਹਾਂ, ਅਤੇ ਉਹ ਡਿਪੋਜ਼ਿਟ ਹੋਣਾ ਜ਼ਰੂਰੀ ਹੈ, ਉਹ ਸਾਰਾ ਨਜ਼ਰ ਆਉਣਾ ਚਾਹੀਦਾ, ਕਿਉਂਕਿ ਹਰੇਕ ਇਨਸਾਨ ਜਿਹੜਾ ਸਪੈਸ਼ਲੀ ਵੀਜ਼ਾ ਅਫਸਰ ਦੇਖਦਾ ਕਿ ਸਬੂਤ ਕੀ ਹੈ, ਸਬੂਤ ਦਿਓ ਸਾਨੂੰ, ਇਹ ਸਿਰਫ ਕਹਿਣ ਨੂੰ ਨਹੀਂ ਹੁੰਦਾ ਕਿ ਅਸੀਂ ਜੋਬ ਕਰ ਲਈ ਹੈ, ਦੇ ਨੀਡ ਐਵੀਡੈਂਸ, ਮਤਲਬ ਕਿ ਤਨਖਾਹ ਆਈ ਹੈ, ਜੁੜੀ ਹੈ, ਤਨਖਾਹ ਬੈਂਕ ਅਕਾਊਂਟ 'ਚ ਨਜ਼ਰ ਆ ਰਹੀ ਹੈ, ਉਹ ਦੇਖਦੇ ਹਾਂ ਸਾਰਾ। ਜਿਸ ਤਰ੍ਹਾਂ ਮਨੀਸ਼ਾ ਦੀ ਜੋਬ ਆ ਰਹੀ ਹੈ, ਉਹ ਕਿੱਥੇ ਕੰਮ ਕਰ ਰਹੀ ਹੈ, ਕਿਹੜੀ ਜਗ੍ਹਾ ਕੰਮ ਕਰ ਰਹੀ ਹੈ? ਸਰ ਉਹ ਜਲੰਧਰ ਕਰਦੇ ਕੰਮ, ਜੋਲ ਹਸਪੀਟਲ। ਅੱਛਾ, ਹਸਪੀਟਲ ਦੇ ਕੰਮ, ਉਹਨਾਂ ਨੂੰ ਵੀ ਤਨਖਾਹ ਮਿਲ ਰਹੀ ਹੈ, ਸੈਲਰੀ ਸਲਿੱਪ ਮਿਲ ਰਹੀ ਹੈ ਇਹਦਾ? ਹਾਂਜੀ ਹਾਂਜੀ, ਫਿਰ ਸਭ ਕੁਝ ਮਿਲ ਰਿਹਾ, ਅਕਾਊਂਟ 'ਚ ਸੈਲਰੀ ਆਉਂਦੀ ਹੈ। ਬਸ ਠੀਕ ਹੈ, ਉਸੇ ਤਰ੍ਹਾਂ ਤੁਹਾਡੀ ਚਾਹੀਦੀ, ਕੋਈ ਨਾ ਕੋਈ, ਭਾਵੇਂ ਵੱਡੀ ਸੈਲਰੀ ਹੋ ਛੋਟੀ, ਇਹ ਦੱਸਣਾ ਮੈਟਰ। ਸੋ ਅੱਜ ਦਾ ਸਾਡਾ ਨਿਚੋੜ ਇਹੀ ਹੈ ਕਿ ਚੁੱਪ ਕਰਕੇ ਤੁਸੀਂ ਸਾਈਪ੍ਰਸ ਨੂੰ ਗੁੱਡ ਬਾਏ ਕਰਕੇ ਤੁਸੀਂ ਵਾਪਸ ਪੰਜਾਬ ਜਾਓ, ਅਤੇ ਵਧੀਆ ਕੰਮ ਹੈ ਉੱਥੇ। ਅੱਜ ਕਰੋਨਾ ਵਾਇਰਸ ਠੀਕ ਹੈ ਅੱਜ ਕੱਲ੍ਹ, ਕਿ ਕਿਵੇਂ ਹਾਲਾਤ ਚੱਲ ਰਹੇ ਕਰੋਨਾ ਦੇ? ਹਾਂਜੀ, ਸਾਈਪ੍ਰਸ ਤਾਂ ਹਾਲੇ ਠੀਕ ਠਾਕ ਹੀ ਹੈ, ਬਾਕੀ ਵੈਕਸੀਨ ਲਗਾਈ। ਸਾਈਪ੍ਰਸ ਨਹੀਂ, ਮੈਂ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਹੁਣ ਕਲੀਅਰ ਹੋ ਗਿਆ ਸਰ ਕਰੋਨਾ ਵਾਇਰਸ? ਪੰਜਾਬ ਦੇ ਸਰ ਸਭ ਕੁਝ ਸਹੀ ਹੈ, ਜੋ ਮੈਂ ਕੱਲ ਪਰਸੋਂ ਸਰ ਉਹਨਾਂ ਦੇ ਕੋਲ ਕੱਲ ਗਿਆ ਸੀ, ਬਾਰਿਸ਼ ਬਹੁਤ ਜ਼ਿਆਦਾ ਸੀਗੀ ਸਰ ਪੰਜਾਬ ਦੇ ਵਿੱਚ। ਅੱਛਾ ਅੱਛਾ, ਚਲੋ ਬਾਰਿਸ਼ ਸਰ, ਮੈਂ ਤਾਂ ਗੱਲ ਕਰ ਰਿਹਾ ਜੀ, ਠੀਕ ਹੈ, ਤੁਸੀਂ ਚੁੱਪ ਕਰਕੇ ਇੰਡੀਆ ਚਲੇ ਜਾਓ, ਹੁਣ ਤਾਂ ਕੋਈ ਕੋਈ ਖਤਰਾ ਨਹੀਂ ਹੈ, ਇਹ ਮੈਂ ਕਹਿ ਰਿਹਾ। ਸੋ ਇੱਥੇ ਤੁਸੀਂ ਆਪਣਾ ਚੈਪਟਰ ਕਲੋਜ਼ ਕਰਾ ਲਓ, ਆਪਣੇ ਸਾਈਪ੍ਰਸ ਨੂੰ ਇਹ ਅਸਾਲਮ ਚੈਪਟਰ ਕਲੋਜ਼ ਕਰਾ ਲਓ, ਅਸਾਲਮ ਦੇ ਸਾਰੇ ਡਾਕੂਮੈਂਟਸ ਹੈ, ਸਾਰੇ ਤੁਹਾਡੇ ਬੈਂਕ ਅਕਾਊਂਟ ਵਾਲਾ ਜੋ ਵੀ ਕੁਛ ਹੈ ਫਲਾਣਾ, ਆਪਣੀ ਫਾਈਲ ਨੂੰ ਇਕੱਠੇ ਕਰਕੇ ਚੁੱਪ ਕਰਕੇ ਜਾਓ ਇੰਡੀਆ ਜਾਓ, ਵਧੀਆ ਮੌਸਮ ਖੁੱਲ ਗਿਆ ਹੁਣ, ਇਸ ਵਕਤ ਜਾ ਕੇ ਵਿਆਹ ਕਰਾਓ, ਵਿਆਹ ਕਰਾਉਣ ਦੇ ਬਾਅਦ ਕੁਛ ਹਨੀਮੂਨ 'ਤੇ ਜਾਓ, ਆਰਾਮ ਕਰੋ, ਰਿਲੈਕਸ ਕਰੋ, ਬੜਾ ਕੰਮ ਕਰ ਲਿਆ ਸਾਈਪ੍ਰਸ, ਬਹੁਤ ਚਿਰ ਹੋ ਗਿਆ, ਰਿਲੈਕਸ ਕਰੋ ਅਤੇ ਜਾ ਕੇ ਫਿਰ ਆਪਣੀ ਜ਼ਿੰਦਗੀ ਸ਼ੁਰੂ ਕਰੋ। ਠੀਕ ਹੈ ਜੀ ਸਰ, ਸਰ ਬਸ ਵੇਟ ਕਰ,
ਉੱਥੇ ਬੁਲਾਵੇ ਤੇ ਇੱਥੇ ਆਵੇ। ਮੈਂ ਆਵਾਜ਼ ਨਹੀਂ, ਕੌਣ ਕਿਹੜਾ ਬੁਲਾਵੇ? ਸਰ ਇਹ ਮੇ ਬ੍ਰਦਰ ਮੈਨੂੰ ਉੱਥੇ ਬੁਲਾਵੇ, ਵੇਟ ਕਰਦਾ ਪਿਆ ਹੈ ਕਿ ਇਹ ਇੱਥੇ ਆਵੇ। ਜੀ 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 ਨਹੀਂ 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 ਸਾਈਪ੍ਰਸ ਤੁਸੀਂ ਸਾਈਪ੍ਰਸ ਕੀ ਕਰੋਗੇ ਤੁਸੀਂ ਜਾ ਕੇ? ਸਾਈਪ੍ਰਸ ਸਾਈਪ੍ਰਸ ਕੋਈ ਫਿਊਚਰ ਨਹੀਂ ਹੈ ਮੈਨੂੰ ਪਤਾ। ਸਰ ਮੈਂ ਸਹੀ ਗੱਲ ਦੱਸਾਂ, ਮੈਂ ਜਦੋਂ ਇਸ ਕੰਟਰੀ ਦੇ ਵਿੱਚ ਪੈਰ ਰੱਖਿਆ ਸੀਗਾ ਨਾ, ਮੈਂ ਉਸੇ ਟਾਈਮ ਜੱਜ ਕਰ ਲਿਆ ਸੀ। ਕੰਟਰੀ ਦੇ ਵਿੱਚ ਕੁਝ ਨਹੀਂ ਹੈਗਾ ਸਰ। ਤੇ ਫਿਰ ਤੁਸੀਂ ਅਗਰ ਜੇ ਜੱਜ ਕਰ ਲਿਆ ਸੀ ਉਸ ਵਕਤ ਤੁਸੀਂ ਮੁੜ ਜਾਣਾ ਸੀ, ਫਿਰ ਤੁਸੀਂ ਕਿਉਂ ਟਿਕੇ ਸਰ? ਉਸ ਟਾਈਮ ਪੈਸੇ ਬਹੁਤ ਲਾਏ ਸੀਗੇ ਨਾ, ਉਹ ਵੀ 8 ਲੱਖ ਰੁਪਇਆ ਲਗਾਇਆ ਸੀ ਸਰ। ਇੱਦਾਂ ਪਿੱਛੇ ਵਾਪਸ ਵੀ ਨਹੀਂ ਜਾਇਆ ਜਾਂਦਾ ਨਾ। ਚਲੋ ਬਸ, ਪਰ ਹੁਣ ਜਿਹੜਾ 8 ਲੱਖ ਖਤਮ ਹੋ ਗਿਆ ਤੇ ਨੌਕਰੀ ਦੇ ਬਾਅਦ ਤੁਸੀਂ ਅਸਾਇਲਮ ਕਰ ਲਿਆ। ਅਸਾਇਲਮ ਦੀ ਗਲਤੀ ਨਾ ਕਰਨਾ। ਮੈਂ ਤੇ ਕਈ ਮੈਨੂੰ ਲੋਕ ਕਾਲ ਕਰਦੇ ਇਟਲੀ ਤੋਂ, ਸਪੇਨ ਤੋਂ ਕਾਲ ਕਰਦੇ, ਬੜੇ ਮੁੰਡੇ ਉੱਥੇ ਪੰਜਾਬੀ ਅਰਜੀ ਕਰਨ ਦੇ ਅਸਾਇਲਮ। ਮੈਂ ਕਿਹਾ ਅਸਾਇਲਮ ਨਾ ਕਰਨਾ, ਅਸਾਇਲਮ ਕਰ ਲਿਆ ਤੇ ਕੈਨੇਡਾ ਅਮਰੀਕਾ ਨੇ ਕਦੇ ਵੀ ਤੁਹਾਨੂੰ ਵੀਜ਼ਾ ਨਹੀਂ ਦੇਣਾ। ਸਰ ਇੱਥੇ ਸਹੀ ਗੱਲ ਦੱਸਾਂ, ਕੋਈ ਸਹੀ ਗਾਈਡ ਨਹੀਂ ਕਰਦਾ, ਇਸੇ ਕਰਕੇ ਆਪਾਂ ਤੁਹਾਡੇ ਨਾਲ ਗੱਲ ਕੀਤੀ ਹੈ ਸਰ। ਚਲੋ ਠੀਕ ਹੈ, ਦੱਸ ਗੁੱਡ। ਪਰ ਹੁਣ ਕਾਫੀ ਚਿਰ ਤੁਸੀਂ ਲੇਟ ਕਰ ਲਿਆ ਨਾ ਕੰਮ, ਮਤਲਬ ਤੁਸੀਂ ਕਦੇ ਪਿਛਲੇ ਸਾਲ ਹੀ ਮੈਨੂੰ ਕਾਲ ਕਰ ਲੈਂਦੇ ਅਸਲ ਤੇ। ਇਸ ਤੋਂ ਪਹਿਲਾਂ ਮਨੀਸ਼ਾ ਦਾ ਦਿਮਾਗ ਪਲਟ ਜਾਏ, ਜਾ ਕੇ ਵਿਆਹ ਕਰਾਓ, ਜਾ ਕੇ ਕਿਤੇ ਹੋਰ ਕੋਈ ਚੀਜ਼ ਨਾ ਹੋ ਜਾਏ ਕੰਮ ਕੋਈ। ਨਹੀਂ ਨਹੀਂ ਉਹ ਵੀ ਸਰ ਸਮਝਦਾਰ ਹੈ। ਅੱਛਾ ਹਾਂਜੀ ਹਾਂਜੀ ਇਸੇ ਕਰਕੇ। ਅੱਛਾ ਰਿੰਗ ਸੈਰੇਮਨੀ ਹੋ ਗਈ, ਚਲੋ ਦੱਸ ਗੁੱਡ ਦੱਸ ਗੁੱਡ। ਫਿਰ ਦੇਖੋ ਰਿੰਗ ਸੈਰੇਮਨੀ ਕਰਾਉਣ ਦੇ ਬਾਅਦ ਤੁਸੀਂ ਸਾਈਪ੍ਰਸ ਚਲੇ ਗਏ, ਕਮਾਲ ਦੀ ਗੱਲ ਕਰ ਲਈ। ਉਹ ਕੁੜੀ ਨੂੰ ਇਕੱਲਾ ਛੱਡਦਾ ਤੁਸੀਂ, ਇਹ ਬਹੁਤ ਇਹ ਸਮਝਦਾਰੀ ਦੀ ਚੀਜ਼ ਨਹੀਂ ਹੈ ਸਰ। ਮੇਰੇ ਮਗਰੋਂ ਹੀ ਹੋਈ, ਮੈਂ ਸਾਈਪ੍ਰਸ ਹੀ ਹੈਗਾ ਸਰ, ਮੈਂ ਇੰਡੀਆ ਗਿਆ ਹੀ ਨਹੀਂ ਹੈਗਾ। ਅੱਛਾ ਅੱਛਾ ਸਰ, ਉਦਾਂ ਹੀ ਹੋ ਗਈ ਆਪਣਾ, ਆਨਲਾਈਨ ਹੀ ਹੋ ਗਈ। ਹਾਂਜੀ 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 ਨਹੀਂ ਨਹੀਂ ਉਹਦਾ ਕੀ ਫਾਇਦਾ ਸੀ? ਇਸ ਕਰਕੇ ਮੇਰਾ ਇਸ਼ਾਰਾ ਸਮਝੋ, ਸਮਾਂ ਖਰਾਬ ਹੈ, ਜੋ ਤੁਸੀਂ ਆਪਣਾ ਸਾਈਪ੍ਰਸ ਤੋਂ ਦੂਰ ਕਰੋ, ਜਾ ਕੇ ਆਪਣਾ ਵਿਆਹ ਕਰਕੇ ਆਪਣੀ ਗ੍ਰਸਤੀ ਸ਼ੁਰੂ ਕਰੋ, ਇੱਕ ਸਾਲ ਸਪੈਂਡ ਕਰੋ, ਠੀਕ ਹੈ ਸਰ ਮੈਂ ਐਕਚੁਅਲੀ ਦਿੱਲੀ ਤੋਂ ਹੁਣੇ ਹੀ ਆਇਆ ਮੈਂ ਦਿੱਲੀ ਸੀਗਾ ਐਕਚੁਅਲੀ ਪਹਿਲਾਂ ਜਸਟ ਮੈਨੂੰ ਆਏ ਹੋਏ ਦੋ ਤਿੰਨ ਹਫ਼ਤੇ ਹੋ ਗਏ, ਸੋ ਮੈਂ ਵੀ ਉੱਥੇ, ਮੈਂ ਕੋਰੋਨਾ ਵਾਇਰਸ ਕਰਕੇ ਫਸ ਗਿਆ ਸੀ ਉੱਥੇ, ਫਲਾਈਟਾਂ ਨਹੀਂ ਚੱਲ ਰਹੀਆਂ ਦਿੱਲੀ, ਹੁਣ ਵੀ ਸ਼ਾਇਦ ਚੱਲ ਨਹੀਂ ਰਹੀ, ਸੋ ਮੈਨੂੰ ਵੀ ਆਉਣਾ ਪਿਆ। ਪਹਿਲਾਂ ਮੈਂ ਉੱਥੇ ਆਇਆ, ਸਰਬੀਆ ਰੁਕੀ, ਉੱਥੇ ਬੈਲਗ੍ਰੇਡ ਰੁਕੇ, ਦੋ ਤਿੰਨ ਦਿਨ ਰੁਕੇ, ਫਿਰ ਫਰਾਂਸ ਗਿਆ, ਫਰਾਂਸ ਤੋਂ ਫਿਰ ਮੈਂ ਫਲਾਈਟ ਕਰਕੇ ਆਇਆ। ਸੋ ਕਾਫ਼ੀ ਨਹੀਂ ਤਾਂ ਮੈਂ ਆਉਣਾ ਸੀ ਪੰਜਾਬ, ਲੇਕਿਨ ਫਿਰ ਉਹ ਕੋਰੋਨਾ ਵਾਇਰਸ ਕਰਕੇ ਆਉਣਾ ਹੀ ਨਹੀਂ ਹੋਇਆ, ਸਾਰੀ ਫਲਾਈਟਾਂ ਬੰਦ ਹੈ, ਸਾਰੀ ਈਵਨ ਟ੍ਰੇਨਸ ਬੱਸੇ ਸਾਰੀ ਬੰਦ ਸੀ ਉਸ ਟਾਈਮ। ਦਿਸ ਇਜ਼ ਦ ਮੰਥ ਆਫ ਅਪ੍ਰੈਲ ਮਈ ਦੀ ਗੱਲ ਹੈ। ਹਾਂਜੀ ਹਾਂਜੀ ਸਰ, ਤੁਹਾਨੂੰ ਸਾਰਾ ਕਰੀਦਾ ਸੀ, ਤੁਸੀਂ ਸਾਰਾ ਕਿਹਾ ਸੀ ਵੀ ਮੈਂਗੋ ਦਾ ਹੁਣ ਸੀਜ਼ਨ ਚੱਲਣਾ ਹੈ, ਮੈਂਗੋ ਪੂਰਾ ਕਰ ਆਵਾਂਗੇ। ਸਾਰੀਆਂ ਵੀਡੀਓ ਦੇਖੀਆਂ ਤੁਹਾਡੀਆਂ, ਉਹ ਜਿਹੜਾ ਕਿ ਮੁੰਡਾ ਹੁਣ ਨਾਈਜੀਰੀਆ ਤੋਂ ਉੱਥੇ ਗਿਆ ਹੈ, ਇੱਥੇ ਤੁਹਾਨੂੰ ਪੇਂਟਾ ਦਿੱਤਾ ਸੀ, ਸਟੇਸ਼ਨ ਤੇ ਪੇਂਟਾ ਕਰਦਾ ਸੀ ਤੁਸੀਂ। ਕੱਲ ਮੈਂ ਵੀਡੀਓ ਪਾਈ ਕੁਝ ਪੰਜਾਬੀ ਲੋਕ, ਪੰਜਾਬੀ ਸਟੂਡੈਂਟ ਇੱਥੇ ਆਏ ਹੋਏ ਆ ਜਿਹੜੇ ਕੈਨੇਡਾ, ਇੱਥੇ ਤੱਕ ਚੋਰੀਆਂ ਕਰਦੇ, ਚੋਰੀ ਕਰਕੇ ਫਿਰ ਉਹਨਾਂ ਨੂੰ ਡਿਪੋਰਟੇਸ਼ਨ ਹੋ ਗਈ। ਕੱਲ ਇੱਕ ਵੀਡੀਓ ਪਾਈ, ਸੋ ਮੈਂ ਮਤਲਬ ਕਿ ਪੰਜਾਬੀ ਜਿਹੜੀ ਇੱਕ ਸਾਈਕੋਲੋਜੀ ਹੈ, ਪੰਜਾਬੀ ਦਿਮਾਗ ਹੈ ਕਿ ਭਾਵੇਂ ਜਿਹੜੀ ਮਰਜ਼ੀ ਕੰਟਰੀ ਚਲੇ ਜਾਓ, ਉਹਨਾਂ ਨੇ ਆਪਣੇ ਗਲਤ ਕੰਮ ਕਰਨਾ ਹੀ ਕਰਨਾ। ਜੇ ਤੁਸੀਂ ਚੋਰੀ ਕਰੋਗੇ, ਜੇ ਫੜੇ ਗਏ ਤੇ ਇਸ ਕੰਟਰੀ ਨੂੰ ਤੁਹਾਨੂੰ ਬਖਸ਼ਣਾ ਜੀ। ਪੰਜਾਬ ਪੁਲਿਸ ਹੈ, ਤੁਸੀਂ ਪੈਸੇ ਦੇ ਕੇ ਛੱਡ ਜਾਓਗੇ ਜੀ, ਇੱਥੇ ਹੋਣਾ ਇਹ ਕੰਮ ਨਹੀਂ ਹੋਣਾ ਇੱਥੇ। ਸਰ ਉੱਥੇ ਪਹੁੰਚਣਾ ਬਹੁਤ ਵੱਡੀ ਗੱਲ ਹੁੰਦੀ ਹੈ ਸਰ। ਜੀ 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 ਤੁਸੀਂ ਇਹ ਦੇਖ ਲਓ ਕਿ ਦੁਬਈ ਹੈ, ਸਾਊਦੀ ਹੈ, ਇਹ ਸਾਰੀ ਕੰਟਰੀ ਜੇ ਚੋਰੀ ਕਰੋਗੇ ਤੇ ਉੱਥੇ ਬਖਸ਼ਦੇ ਤੁਹਾਨੂੰ ਉੱਥੇ? ਮੇਰੇ ਖਿਆਲ ਸਰ ਬਿਲਕੁਲ ਨਹੀਂ ਸਰ, ਉੱਥੇ ਤਾਂ ਬਹੁਤ ਸਖਤ ਕਾਨੂੰਨ ਹੈ, ਬਹੁਤ ਸਖਤ ਕੰਮ ਹੈ। ਲੇਕਿਨ ਪੰਜਾਬੀ ਦਿਮਾਗ ਫਿਰ ਵੀ ਇਹ ਇੱਥੇ ਆ ਕੇ ਉਹ ਸੋਚਦਾ ਕਿ ਵੀ ਚੋਰੀ ਕਰ ਲਓ, ਕੋਈ ਨਹੀਂ, ਸਮਾਨ ਆਪਣੇ ਬੋਝੇ 'ਚ ਪਾ ਲਓ ਜੀ, ਕੋਈ ਦੇਖਦਾ ਨਹੀਂ, ਕੁਛ ਨਹੀਂ ਹੈ ਕਰਦੇ। ਸਰ ਇੱਕ ਵਾਰੀ ਇੱਦਾਂ ਹੋਇਆ ਸਰ, ਉੱਥੇ ਇੱਕ ਮਾਰਕੀਟ ਸੀਗੀ, ਕੁਛ ਕੁ ਬੰਦੇ ਨਾ ਇੰਡੀਆ ਤੋਂ ਨਵੇਂ ਗਏ, ਹੁਣ ਇੰਡੀਆ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਕੈਮਰੇ ਲੱਗੇ ਆ ਨਾ, ਕੁਛ ਕੁ ਬੰਦਿਆਂ ਨੇ ਕੀ ਕੀਤਾ, ਉਹਨਾਂ ਨੇ ਨਾ ਕੀ ਆਪਣੀ ਆਦਤ ਥੋੜੀ ਛੱਡੀ, ਉਹਨਾਂ ਨੇ ਕੀ ਕੀਤਾ ਆਪਣੇ ਜੈਕਟਾਂ ਦੇ ਵਿੱਚ ਜਾਣੇ ਕੱਪੜਿਆਂ ਦੇ ਅੰਦਰ ਸਮਾਨ ਪਾ ਲਿਆ ਉਹਨਾਂ ਨੇ। ਹੁਣ ਬਾਹਰ ਤਾਂ ਹਰ ਇੱਕ ਜਗ੍ਹਾ ਤੇ ਸੈਂਸਰ ਲੱਗੇ ਹੁੰਦੇ ਆ, ਜਿੱਦਾਂ ਹੀ ਉਹ ਗੇਟ ਕਰੋਸ ਕਰਨ ਲੱਗੇ ਉਹਦੇ ਸੈਂਸਰ ਬੋਲ ਗਏ ਉਹ।
ਉਹਨਾਂ ਨੇ ਜਦੋਂ ਵਾਪਸ ਸੱਦੇ ਉਹਨਾਂ ਨੇ ਕੈਮਰੇ ਚੈੱਕ ਕਰਵਾਏ ਉਸੇ ਟਾਈਮ ਉਹਨਾਂ ਨੇ ਕੰਪਨੀ ਵਾਲੇ ਮਾਲਕ ਨੂੰ ਸੱਦਿਆ ਉਹਨਾਂ ਨੇ ਪੇਸਟੀ ਤਾਂ ਇੰਡੀਅਨ ਦੀ ਹੁੰਦੀ ਹੈ ਦੁਬਈ ਜਾਣਾ ਹੋਇਆ ਸੀ ਮੈਂ 2016 ਚ ਮੈਂ ਦੁਬਈ ਆਇਆ ਸੀ ਇੱਕ ਹਫਤੇ ਲਈ ਸੋ ਠੀਕ ਹੈ ਵਧੀਆ ਕੰਟਰੀ ਅਮੀਰ ਕੰਟਰੀ ਹੈ ਕਾਫੀ ਉਹਦੇ ਸ਼ੇਖ ਜ਼ਾਇਦ ਐਕਸਪ੍ਰੈਸ ਹੈ ਦੁਬਈ ਮਾਲ ਹੈ ਉੱਥੇ ਮੱਛੀਆਂ ਡੋਲਫਿਨ ਘੁੰਮ ਰਹੀਆਂ ਕੁਛ ਕੁਛ ਹੈ ਮਤਲਬ ਇਹ ਤੇ ਜਿਹਨਾਂ ਕੋਲ ਪੈਸਾ ਉਹਨਾਂ ਕੋਲ ਬਹੁਤ ਵਧੀਆ ਕੰਟਰੀ ਹੈ ਪਰ ਜਿਹੜੇ ਤਿਆਰੀਆਂ ਕਰ ਰਹੇ ਉਹਨਾਂ ਦੀ ਕਦੇ ਸਰ ਨੂੰ ਦੇਖਦੇ ਹੁੰਦੇ ਸੀ ਯੂਟਿਊਬ ਤੇ ਕਿ ਅਸੀਂ ਸੋਚਦੇ ਹੁੰਦੇ ਸੀ ਕਦੋਂ ਗੱਲ ਕਰੀਏ ਅੱਛਾ ਦੇਖਦੇ ਹਾਂ ਕਿ ਕਦੋਂ ਕੈਨੇਡਾ ਪਹੁੰਚੀਏ ਇੱਥੋਂ ਦੇਖੀਦਾ ਹੀ ਹੈ ਜਿਹੜੇ ਕੈਨੇਡਾ ਕੈਨੇਡਾ ਪਹੁੰਚ ਜਾਓਗੇ ਤੁਸੀਂ ਤਸਵੀਰ ਦੇਖ ਲਓ ਕੈਨੇਡਾ ਦਾ ਨਜ਼ਾਰਾ ਹਾਂਜੀ 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 ਕਿਉਂ ਸਾਡਾ ਚਾਹੇ ਜੋ ਮਰਜ਼ੀ ਹੋ ਜਾਵੇ ਆਪਾਂ ਵੀਜ਼ਾ ਲਗਵਾਉਣਾ ਆਪਾਂ ਸਰ ਤੋਂ ਹੀ ਲਗਵਾਉਣਾ ਚਾਹੇ ਜੋ ਮਰਜ਼ੀ ਹੋ ਜਾਵੇ ਸਰ ਸਵੇਰੇ ਸ਼ਾਮ ਜਿਵੇਂ ਪੂਜਾ ਹੁੰਦੀ ਹੈ ਸਰ ਉਵੇਂ ਤੁਹਾਡੀ ਵੀਡੀਓ ਚੱਲਦੀ ਹੈ ਓ ਮਾਈ ਗੋਡ ਸਰ ਮੈਨੂੰ ਵੀ ਇਹਨਾਂ ਨੇ ਮੈਨੂੰ ਵੀ ਇਹਨਾਂ ਨੇ ਕਹਿਣਾ ਕਿ ਨਹੀਂ ਤੂੰ ਸਰ ਦੀ ਵੀਡੀਓ ਦੇਖਿਆ ਕਰ ਸਰ ਦੀ ਵੀਡੀਓ ਦੇਖਿਆ ਕਰ ਮੈਂ ਕਹਿਣਾ ਮੈਂ ਜਦੋਂ ਵੀ ਫ੍ਰੀ ਹੁੰਦਾ ਮੈਂ ਜ਼ਰੂਰ ਵੇਖਦਾ ਮੈਂ ਹੁਣ ਗੱਡੀ ਚਲਾਉਂਦਾ ਹੁੰਦਾ ਇਹਨਾਂ ਨੇ ਕਹਿਣਾ ਨਹੀਂ ਜ਼ਰੂਰ ਵੇਖਿਆ ਕਰ ਸਰ ਦੀ ਵੀਡੀਓ ਜੋ ਤੈਨੂੰ ਕੋਈ ਨਾ ਕੋਈ ਨੌਲੇਜ ਮਿਲੂਗੀ ਕੁਛ ਨਾ ਕੁਛ ਤੈਨੂੰ ਪਤਾ ਲੱਗੂਗਾ ਬਟ ਸਾਡਾ ਹੁਣ ਬੰਦੇ ਦਾ ਕੋਈ ਫੈਮਿਲੀ ਦਾ ਮੈਂਬਰ ਹੋਵੇ ਨਾ ਬਾਹਰ ਉਹਦੇ ਲਈ ਬੰਦੇ ਨੂੰ ਬਹੁਤ ਭਰੋਸਾ ਹੁੰਦਾ ਹੁਣ ਆਪਣਾ ਕੋਈ ਉਸ ਕੰਟਰੀ ਦੇ ਵਿੱਚ ਹੈ ਨਹੀਂ ਹੈ ਪਰ ਇਦਾਂ ਟਰਸਟ ਕਰਨਾ ਬਹੁਤ ਔਖਾ ਹੁੰਦਾ ਬਟ ਤੁਹਾਡੇ ਤੇ ਬਹੁਤ ਕਰਦੇ ਟਰਸਟ ਕਰਦੇ ਆ ਚਲੋ ਮੈਂ ਤੇ ਤੁਹਾਨੂੰ ਮੈਂ ਇੱਕ ਆਪਣਾ ਫਾਰਮੂਲਾ ਤੁਹਾਨੂੰ ਦੱਸਦਾ ਹੈ ਕਿ ਨੰਬਰ 1 ਤੁਸੀਂ ਆਪਣਾ ਸਾਈਪ੍ਰਸ ਨੂੰ ਗੁੱਡ ਬਾਏ ਕਰਕੇ ਵਾਪਸ ਆਓ ਮਨੀਸ਼ਾ ਨਾਲ ਮੈਰਿਜ ਕਰੋ ਪੂਰਾ ਪ੍ਰੋਪਰ ਮੈਰਿਜ ਕਰਨੀ ਹੈ ਪੂਰੀ ਆਨੰਦ ਕਾਰਜ ਕਰਨਾ ਨਹੀਂ ਨਹੀਂ ਸਰ ਪੂਰੀ ਮੈਰਿਜ ਹੋਊਗੀ ਪੂਰੀ ਐਲਬਮ ਬਣੂਗੀ ਪੂਰੇ ਬਾਜੇ ਵਾਲੇ ਜਾਊਗੇ ਜੀ 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 ਪੂਰੀ ਮੈਰਿਜ ਕਰਕੇ ਉਹਦੇ ਬਾਅਦ ਫਿਰ ਆਪਣਾ ਇਹ 1 ਈਅਰ 1 ਸਾਲ 12 ਮਹੀਨੇ ਉਹਦੇ ਕੋਲ ਰਹੋ ਪ੍ਰੋਪਰ ਸਾਰਾ ਕਰੋ ਹਨੀਮੂਨ ਦੀ ਜਾਓ ਹਨੀਮੂਨ ਦੀ ਫੋਟੋ ਚਾਹੀਦੀ ਸਾਰੀ ਮਤਲਬ ਕਿਤੇ ਲੈ ਜਾਓ ਤੁਸੀਂ ਆਪਣਾ ਗੋਆ ਸ਼ਿਮਲਾ ਸੋ ਕਰਕੇ ਪੂਰਾ 1 ਸਾਲ ਰਹੋ ਉਹਦੇ ਬਾਅਦ ਤੁਸੀਂ ਫਿਰ ਆਪਣੇ ਤੁਹਾਡੀ ਫਾਈਲ ਲੱਗੇਗੀ ਵਿਦ ਹਰ ਮਤਲਬ ਤੁਹਾਨੂੰ ਸਟੱਡੀ ਵੀਜ਼ਾ ਚਾਹੀਦਾ ਹੈ ਉਹਨੂੰ ਮਤਲਬ ਉਹਨੂੰ ਕਾਲਜ ਐਡਮਿਸ਼ਨ ਸਟੱਡੀ ਵੀਜ਼ਾ ਫਿਰ ਤੁਹਾਡੀ ਫਾਈਲ ਲੱਗੇਗੀ ਸਰ ਇਹ ਸਭ ਕੁਝ ਆਪਾਂ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਕਾਲ ਕਰਾਂਗੇ ਸਰ ਤੁਸੀਂ ਉਹਦੇ ਬਾਅਦ ਨਹੀਂ ਕਾਲ ਕਰਨਾ ਜਦ ਤੁਹਾਡੀ ਮੈਰਿਜ ਹੋ ਜਾਏਗੀ ਫਿਰ ਦੁਬਾਰਾ ਇੱਕ ਵਾਰ ਕਾਲ ਕਰਨਾ ਮੈਨੂੰ ਜਦ ਮੈਰਿਜ ਠੀਕ ਹੋ ਜਾਏਗੀ ਫਿਰ ਮੈਨੂੰ ਤੁਸੀਂ ਇਹ ਨਿਊਜ਼ ਦੇਣੀ ਹੈ ਕਿ ਤੁਹਾਡੀ ਨੌਕਰੀ ਲੱਗ ਗਈ ਨੌਕਰੀ ਬਹੁਤ ਜ਼ਰੂਰੀ ਹੈ ਠੀਕ ਹੈ ਸਰ ਤੁਹਾਡੀ ਜਿਹੜੀ ਨੌਕਰੀ ਸੈਲਰੀ ਸਲਿਪਸ ਐਂਡ ਸੈਲਰੀ ਲੈਟਰਸ ਉਹ ਬਹੁਤ ਜ਼ਰੂਰੀ ਹੈ ਉਹਦੇ ਬਗੈਰ ਕੰਮ ਗੱਲ ਬਣਨੀ ਨਹੀਂ ਠੀਕ ਹੈ ਸਰ ਠੀਕ ਹੈ ਜੇ ਤੁਹਾਨੂੰ ਅਗਰ ਪੰਜਾਬ ਨੌਕਰੀ ਨਹੀਂ ਮਿਲਦੀ ਤੇ ਦਿੱਲੀ ਚਲੇ ਜਾਓ ਜਾਂ ਕਿਤੇ ਹੋਰ ਚਲੇ ਜਾਓ ਮਤਲਬ ਕਿ ਇੰਡੀਆ ਵਿਦ ਇਨ ਇੰਡੀਆ ਰਾਜ ਲੈ ਕੇ ਤੁਸੀਂ ਨੌਕਰੀ ਜ਼ਰੂਰ ਕਰਨੀ ਠੀਕ ਹੈ ਸਰ ਠੀਕ ਹੈ ਠੀਕ ਹੈ ਜੀ ਹੋਰ ਕੋਈ ਹੋਰ ਵੀ ਸਵਾਲ ਆ ਗਿਆ ਅੱਗੇ ਲੈਣੇ ਵੀ ਤੁਹਾਨੂੰ ਤੋਂ ਪਰਮਿਸ਼ਨ ਹੈ ਫਿਰ ਨਹੀਂ ਸਰ ਚਲੋ ਠੀਕ ਮੇਰਾ ਸੀ ਆਵਾਜ਼ ਨਹੀਂ ਆ ਰਹੀ ਚਲੋ ਸਰ ਮੈਂ ਪੁੱਛਣਾ ਸੀ ਜਿਵੇਂ ਕਿ ਜੇ ਮੈਂ ਸਰ ਜਿੱਦਾਂ ਹੁਣ ਮੈਂ ਸਾਈਪ੍ਰਸ ਜਾਣਾ ਆ ਕੰਪਨੀ ਦੇ ਵਿੱਚ ਜੋਬ ਤੇ ਲਈ ਓਕੇ ਤੇ ਸਰ ਮੈਂ ਜਿੱਦਾਂ ਆਪਣੀ ਵਾਈਫ ਨੂੰ ਉੱਥੇ ਇੱਥੋਂ ਨਰਸਿੰਗ ਕਰਦੀ ਹੋਊਗੀ ਉੱਥੇ ਮੈਂ ਕਿਸੇ ਹਾਊਸ ਘਰ ਦੇ ਕੰਟਰੈਕਟ ਲੈਟਰ ਤੇ ਉਹਨੂੰ ਟੇਕ ਕੇਅਰ ਦੇ ਵੀਜ਼ੇ ਤੇ ਨੈਨੀ ਦੇ ਵੀਜ਼ੇ ਤੇ ਉੱਥੇ ਸੱਦ ਲੈਣਾ ਜੀ ਸਰ ਸਾਡਾ ਉੱਥੋਂ ਦੋਨਾਂ ਦਾ ਅਪਲਾਈ ਹੋ ਸਕਦਾ ਕੁਝ ਚਾਂਸਿਸ ਹੈਗੇ ਆ ਦੇਖੋ ਇਸ ਤਰ੍ਹਾਂ ਹੈ ਸਾਈਪ੍ਰਸ ਦਾ ਸਾਈਪ੍ਰਸ ਦੇ ਬਾਰੇ ਕਿੰਨੀ ਤੁਹਾਨੂੰ ਤਨਖਾਹ ਮਿਲੇਗੀ ਕੀ ਸਿਚੁਏਸ਼ਨ ਹੈ ਉਹ ਤੁਹਾਡੇ ਬ੍ਰਦਰ ਦੱਸ ਸਕਦੇ ਹਨ ਲੇਕਿਨ ਮੈਨੂੰ ਸਾਈਪ੍ਰਸ ਵਰਗੇ ਕੰਟਰੀ ਦਾ ਕੋਈ ਭਰੋਸਾ ਨਹੀਂ ਕਿਉਂਕਿ ਇਸ ਕੰਟਰੀ ਤੋਂ ਕੈਨੇਡਾ ਦਾ ਵੀਜ਼ਾ ਆਸਾਨੀ ਨਾਲ ਮਿਲਦੇ ਨਹੀਂ ਹੈ ਨੰਬਰ 1 ਇਹ ਡਿਪੈਂਡ ਕਰਦਾ ਕਿ ਤੁਹਾਡੀ ਸੈਲਰੀ ਕਿੰਨੀ ਹੈ ਡਿਪੈਂਡ ਕਰਦਾ ਕਿ ਤੁਹਾਡੀ ਜੋਬ ਕਿਹੋ ਜਿਹੀ ਹੈ ਕਿਸ ਲੈਵਲ ਦੀ ਜੋਬ ਹੈ ਉਸ ਬੇਸ 'ਤੇ ਫਿਰ ਕੈਨੇਡਾ ਦਾ ਕੋਈ ਅਗਰ ਗਾਂ ਉੱਥੋਂ ਤੁਸੀਂ ਕਰ ਸਕਦੇ ਹੋ ਲੇਕਿਨ ਇਹ ਨਹੀਂ ਹੈ ਕਿ ਤੁਸੀਂ ਅੱਜ ਗਏ ਅਤੇ ਦੋ ਮਹੀਨੇ ਬਾਅਦ ਤੁਸੀਂ ਕਹੋਗੇ ਵੀ ਕੈਨੇਡਾ ਜਾਣਾ ਕਿਸੇ ਵੀ ਕੰਟਰੀ ਜਾਓਗੇ ਭਾਵੇਂ ਤੁਸੀਂ ਇਟਲੀ ਜਾਓ ਪੋਰਚੁਗਲ ਜਾਓ ਸਪੇਨ ਜਾਓ ਗ੍ਰੀਸ ਜਾਓ ਜਾਂ ਜਰਮਨ ਜਾਓ ਉੱਥੇ ਮਿਨੀਮਮ 1 ਸਾਲ 2 ਸਾਲ ਰਹੋਗੇ ਤਾਂ ਜਾ ਕੇ ਕੈਨੇਡਾ ਵਾਲੇ ਤੁਹਾਨੂੰ ਅੱਗੇ ਦੀ ਐਪਲੀਕੇਸ਼ਨ ਕਰਦੇ ਅਦਰਵਾਈਜ਼ ਉਹ ਸੋਚਦੇ ਆ ਵੀ ਇਹ ਤਾਂ ਬੰਦੇ ਉੱਥੋਂ ਇਸੇ ਪਰਪਸ ਲਈ ਆਏ ਆ ਕਿ ਕੈਨੇਡਾ ਜਾਣਾ ਕਿਉਂਕਿ ਇਹਨਾਂ ਨੇ ਦਿੱਲੀ ਅਪਲਾਈ ਕਿਉਂ ਨਹੀਂ ਕਰਦੇ ਕਿਉਂਕਿ ਦਿੱਲੀ ਵਾਲੇ ਵੀਜ਼ਾ ਦਿੰਦੇ ਨੇ ਸੋ ਇਸ ਕਰਕੇ ਮੈਂ ਨਹੀਂ ਰਿਕਮੈਂਡ ਕਰਦਾ ਕਿ ਇਸ ਤਰ੍ਹਾਂ ਕਰੋ ਤੁਹਾਡੀ ਵਾਈਫ ਵੀ ਨਰਸ ਹੈ
ਸਰ ਨਹੀਂ ਮੇਰੀ ਤਾਂ ਨਹੀਂ ਹੈਗੀ ਪਰ ਜੇ ਲੱਭ ਜਾਵੇ ਤਾਂ ਰੱਬ ਕਰੇ ਕਰ ਲੋ ਫਿਰ ਤੇ ਨਹੀਂ ਤੇ ਫਿਰ ਸਾਈਪੜਾ ਜਾਣ ਦੀ ਕੀ ਲੋੜ ਹੈ ਫਿਰ ਤੇ ਤੁਸੀਂ ਇੱਥੇ ਕਰ ਲੋ ਜੋ ਜੋ ਤੁਹਾਡੇ ਬ੍ਰਦਰ ਦਾ ਹੈ ਉਹੀ ਸਿਸਟਮ ਤੁਹਾਡਾ ਹੀ ਹੈ ਫਿਰ ਤੇ ਸਰ ਹੈਗਾ ਤੇ ਹੈ ਪਰ ਸਰ ਥੋੜਾ ਜਿਹਾ ਫੰਡਸ ਫੁੰਡਸ ਦਾ ਥੋੜਾ ਹੈਗਾ ਹੈ ਕਿਉਂਕਿ ਸਰ ਮੇਰੇ ਨਾਲ ਨਾ ਮੈਂ ਪਿੱਛੇ ਜਿਹੇ ਬਿਮਾਰ ਪੈ ਗਿਆ ਸੀਗਾ ਔਰ ਸਾਈਪ੍ਰਸ ਤੋਂ ਮੈਂ ਇੱਥੇ ਛੁੱਟੀ ਆਇਆ ਸੀ ਦੁਬਾਰਾ ਇਸ ਤਰ੍ਹਾਂ ਦੇਖੋ ਦੁਬਾਰਾ ਜਾਣ ਦੀ ਲੋੜ ਨਹੀਂ ਹੈ ਜੇਕਰ ਜੇਕਰ ਤੁਹਾਨੂੰ ਅਗਰ ਕੋਈ ਰਿਸ਼ਤਾ ਮਿਲਦਾ ਹੈ ਜਿਹੜੀ ਨਰਸਿੰਗ ਹੈ ਉਹ ਫਿਰ ਇੱਥੋਂ ਹੀ ਰਹਿ ਕੇ ਤੁਸੀਂ ਡਾਇਰੈਕਟਲੀ ਕੈਨੇਡਾ ਕਰ ਲਓ ਦੁਬਾਰਾ ਸਾਈਪ੍ਰਸ ਜਾਣ ਦੀ ਲੋੜ ਨਹੀਂ ਉਹਨੂੰ ਲੈ ਕੇ ਠੀਕ ਹੈ ਜੀ ਦੁਬਾਰਾ ਸਾਈਪ੍ਰਸ ਜਾਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਕਿਉਂਕਿ ਉੱਥੇ ਵੀ ਤੁਸੀਂ ਸਾਈਪ੍ਰਸ ਦਾ ਜਿਹੜਾ ਵੀਜ਼ਾ ਨਾ 8 ਲੱਖ 9 ਲੱਖ ਤੋਂ ਘੱਟ ਨਹੀਂ ਮਿਲਦਾ ਸਰ ਤੇ ਰਹਿਣ ਦੋ ਕੀ ਕਰਨਾ ਇੱਥੇ ਖਰਚਾ ਕਰਕੇ ਡੋਨਟ ਵਰੀ ਸਰ ਉਸੇ ਚੱਕਰ ਦੇ ਵਿੱਚ ਤਾਂ ਮੈਂ ਘਰਦਿਆਂ ਨੂੰ ਬਹੁਤ ਸਮਝਾਉਂਦਾ ਸੀਗਾ ਬਟ ਹੁਣ ਸਮਝ ਗਏ ਇਹ ਹੁਣ ਸਮਝ ਗਏ ਅੱਛਾ ਹਾਂਜੀ ਐਕਚੁਅਲੀ ਮੈਂ ਦੇਖਿਆ ਪੰਜਾਬ 'ਚ ਲੋਕਾਂ ਨੂੰ ਗਾਈਡੈਂਸ ਨਹੀਂ ਹੈ ਪ੍ਰੋਪਰ ਲੋਕਾਂ ਨੂੰ ਪਤਾ ਨੌਲੇਜ ਨਹੀਂ ਹੈ ਇੱਧਰ ਉੱਧਰ ਆਪਣੇ ਏਜੰਟ ਵਗੈਰਾ ਐਕਸਪਲੋਇਟ ਕਰਦੇ ਹੈ ਕੁਛ ਆਪਣੇ ਆਪਣੇ ਫਾਇਦੇ ਲਈ ਲੇਕਿਨ ਲੋਕਾਂ ਨੂੰ ਪ੍ਰੋਪਰ ਇੱਕ ਪਤਾ ਨਹੀਂ ਹੈ ਕਿ ਵੀ ਕੰਟਰੀ ਦੇ ਵੀਜ਼ੇ ਕਿਵੇਂ ਮਿਲਦੇ ਹੈ ਤੇ ਉਸ ਕੰਟਰੀ ਜਾ ਕੇ ਮਨੀਸ਼ਾ ਮੈਨੂੰ ਪਿਛਲੇ ਇੱਕ ਸਾਲ ਤੋਂ ਕਹਿ ਰਹੀ ਹੈ ਕਹਿੰਦੀ ਨਹੀਂ ਬਰਿੰਦਰ ਤੁਸੀਂ ਇੰਡੀਆ ਆਓ ਆਪਾਂ ਇੱਥੋਂ ਅਪਲਾਈ ਕਰਦੇ ਹਾਂ ਬਹੁਤ ਸਮਝਦਾਰ ਹੈ ਤਾਂ ਮਤਲਬ ਤੁਸੀਂ ਉਹਨੂੰ ਮੈਸੇਜ ਦੇ ਦੇਣਾ ਡੈਟ ਮੀਨਸ ਕਿ ਮੈਂ ਕਿਹਾ ਕਿ ਸਮਝਦਾਰ ਹੈ ਉਹ ਬਹੁਤ ਬਹੁਤ ਤੇਜ਼ ਹੈ ਜਦ ਉਹਨੂੰ ਇੰਨੀ ਸਮਝ ਆ ਗਈ ਹੈ ਜਦ ਉਹਨੂੰ ਇਹ ਪਤਾ ਲੱਗ ਗਿਆ ਹੈ ਕਿ ਬਈ ਬਾਹਰ ਜਾ ਕੇ ਕੁਛ ਨਹੀਂ ਹੋਣਾ ਜੋ ਹੋਣਾ ਇੰਡੀਆ ਤੋਂ ਹੀ ਸਟਾਰਟ ਹੋਣਾ ਮਤਲਬ ਇਹ ਨਹੀਂ ਕਿ ਦੂਸਰੀ ਕੰਟਰੀ ਜਾ ਕੇ ਜੰਪ ਕਰਨੀ ਜਾ ਕੇ ਸੋ ਇੰਡੀਆ ਤੋਂ ਆ ਕੇ ਉਹਨੇ ਉਹ ਸਮਝਦਾਰ ਕੁੜੀ ਹੈ ਤਾਂ ਮਤਲਬ ਇਹ ਸੁਲਝੀ ਹੋਈ ਹੈ ਇਸ ਕਰਕੇ ਅਗਰ ਮੈਂ ਤੁਹਾਡੀ ਜਗ੍ਹਾ ਹੋਵਾਂ ਬਰਿੰਦਰ ਤੇ ਮੈਂ ਇੱਕ ਦਿਨ ਵੇਟ ਨਹੀਂ ਕਰਾਂ ਕੱਲ ਦੀ ਫਲਾਈਟ ਕਰਕੇ ਤੁਸੀਂ ਦਿੱਲੀ ਵਾਪਸ ਆਓ ਠੀਕ ਹੈ ਸਰ ਜੀ ਗੁੱਡ ਬਾਏ ਕਰੋ ਸਾਈਪ੍ਰਸ ਨੂੰ ਬਕਵਾਸ ਕੰਟਰੀ ਹੈ ਮੈਨੂੰ ਕਈ ਐਕਚੁਅਲੀ ਕਈ ਕੁੜੀਆਂ ਨੇ ਮੈਨੂੰ ਫੋਨ ਵੀ ਕੀਤਾ ਸਾਈਪ੍ਰਸ ਤੋਂ ਕਿ ਉਹਨਾਂ ਨਾਲ ਐਕਸਪਲੋਇਟੇਸ਼ਨ ਹੁੰਦੀ ਹੈ ਹਾਊਸਕੀਪਰ ਦੀ ਮੈਂ ਕਿਵੇਂ ਕਰ ਸਕਦਾ ਤੁਹਾਨੂੰ ਕਹਿੰਦੇ ਤੁਸੀਂ ਆ ਜਾਓ ਮੈਨੂੰ ਸਾਈਪ੍ਰਸ ਆ ਕੇ ਮੈਨੂੰ ਲੈ ਜਾਓ ਪਰ ਮਤਲਬ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਸੀ ਕਿ ਸਾਈਪ੍ਰਸ ਪ੍ਰੋਬਲਮ ਬਹੁਤ ਹੈ ਸਾਈਪ੍ਰਸ ਇਸ ਤਰ੍ਹਾਂ ਦੀ ਕੰਟਰੀ ਨਹੀਂ ਹੈ ਜਿਹੜੇ ਤੁਸੀਂ 8 ਲੱਖ ਰੁਪਏ ਦੇ ਕੇ ਵੀਜ਼ਾ ਲੈ ਕੇ ਜਾਓ ਮੈਂ ਤੇ ਮੈਂ 8 ਰੁਪਏ ਵੀ ਦੇ ਕੇ ਨਹੀਂ ਜਾਣਾ ਜਾਂ ਪਸੰਦ ਕਰ ਸਰ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਸੋ ਇਸ ਕਰਕੇ ਮਤਲਬ ਇਹ ਤੁਹਾਡੇ ਬ੍ਰਦਰ ਕਹਿ ਰਹੇ ਕਿ ਮੈਂ ਸਾਈਪ੍ਰਸ ਦੇ ਕੇ ਨਾ ਸਾਈਪ੍ਰਸ ਜਾਣ ਦੀ ਲੋੜ ਹੀ ਨਹੀਂ ਅਗਰ ਤੁਹਾਡੀ ਤੁਹਾਨੂੰ ਕੋਈ ਅਗਰ ਵਾਈਫ ਇੱਦਾਂ ਮਿਲਦੀ ਹੈ ਜਿਹਨਾਂ ਦਾ ਵੀਜ਼ਾ ਲੱਗਦਾ ਹੈ ਕੋਈ ਫਰਾਂਸ ਜਾਂ ਜਰਮਨ ਦਾ ਇੰਗਲੈਂਡ ਦਾ ਉਹ ਗੱਲ ਕੁਛ ਹੋਰ ਹੈ ਨਰਸਿੰਗ ਦਾ ਸਾਈਪ੍ਰਸ ਸਾਈਪ੍ਰਸ ਇਹ ਸਭ ਬੇਕਾਰ ਨੇ ਤੁਹਾਨੂੰ ਕੁਛ ਨਹੀਂ ਹੈ ਠੀਕ ਹੈ ਜੀ ਥੈਂਕ ਯੂ ਬੰਦਾ ਹੋਰ ਸਵਾਲ ਅਗਰ ਹੈ ਤੇ ਦੱਸੋ ਨਹੀਂ ਤੇ ਤੁਸੀਂ ਮੈਨੂੰ ਕੰਟੈਕਟ ਕਰਨਾ ਹੈ ਇੱਕ ਜਿਹੜੀ ਪੋਜ਼ਿਟਿਵ ਨਿਊਜ਼ ਲੈ ਕੇ ਕਿ ਵੀ ਤੁਹਾਡੀ ਮੈਰਿਜ ਹੋ ਗਈ ਹੈ ਤੁਹਾਨੂੰ ਜੌਬ ਮਿਲ ਗਈ ਫਿਰ ਕੰਟੈਕਟ ਕਰਨਾ ਹੈ ਦੈਨ ਵੀ ਕੈਨ ਗੈਟ ਠੀਕ ਹੈ ਸਰ ਓਕੇ ਥੈਂਕ ਯੂ ਸਾਰੇ ਸਤਿ ਸ਼੍ਰੀ ਅਕਾਲ ਤੇ ਮਾਤਾ ਜੀ ਨੂੰ ਓਕੇ ਸਰ ਜੀ ਬਹੁਤ ਬਹੁਤ ਧੰਨਵਾਦ ਸਰ ਸਹੀ ਗਾਈਡ ਕਰਨ ਬਹੁਤ ਧੰਨਵਾਦ ਥੈਂਕ ਯੂ ਓਕੇ ਸਰ